ਖੈਰ ਹੋਵੇ ਮਿੱਤਰਾਂ ਪਿਆਰਿਆਂ ਦੀ, ਖੈਰ ਹੋਵੇ, ਖੈਰ ਹੋਵੇ ਚੰਨ ਤੇ ਸਤਾਰਿਆਂ ਦੀ, ਖੈਰ ਹੋਵੇ, ਖੈਰ ਹੋਵੇ ਜਸ ਪੰਜਾਬੀ ਦੇਖਣ ਵਾਲੇ ਤੁਹਾਡੇ ਸਾਰਿਆਂ ਦੀ ਖੈਰ ਹੋਵੇ ਜੀ। ਤੁਹਾਡੀ ਸਭ ਦੀ ਖੈਰ ਖਵਾ ਮੰਗਦਾ ਹੋਇਆ ਮੈਂ ਜਗਤਾਰ ਜੱਗੀ ਹਾਜ਼ਰਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਦੀ ਗੱਲ ਕਰੀਏ ਅੱਜ ਦੀ ਗੱਲਬਾਤ ਜਿਹੜੀ, ਪਹਿਲਾਂ ਮੈਂ ਖਬਰਾਂ ਦਾ ਦੱਸਦਾ ਹੁੰਦਾ ਵਾਂ ਦੇਖ ਕੇ ਵੀ ਕਿਹੜੀ ਕੁੜੀ ਤਾਜ਼ੀ ਖਬਰ ਆਈ ਹੈ ਪੰਜਾਬ ਦੀ ਕਿਤੇ ਉਹਦੀ। ਅਤੇ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਮੈਨੂੰ ਖਬਰਾਂ ਤੁਸੀਂ ਦੱਸਣੀਆਂ, ਕਿਉਂਕਿ ਅੱਜ ਮੈਂ ਮਸੀਂ ਭੱਜ ਕੇ ਜਿਵੇਂ ਕਹਿੰਦੇ ਹੁੰਦੇ ਨਾ ਕਾਫਲੇ ਨਾਲ ਬੰਦਾ ਰਲਦਾ ਹੈ, ਅਤੇ ਸਟੂਡੀਓ ਦੀ ਭੱਜ ਦੌੜ ਬਹੁਤ ਚੱਲ ਰਹੀ ਆ, ਸਟੂਡੀਓ ਦੇ ਵਿੱਚ ਕੰਮਕਾਰ ਵੀ ਚੱਲ ਰਿਹਾ, ਸੋ ਪਰਮਿਸ਼ਨਾਂ 100 ਤਰ੍ਹਾਂ ਦੀਆਂ ਹੈਗੀਆਂ। ਉਹ ਜਿਉਂ ਭੱਜ ਦੌੜ ਕਰਕੇ ਤਾਂ ਪਰ ਮੈਂ ਕਿਹਾ ਪ੍ਰੋਗਰਾਮ ਲਾਈਵ ਜਿਹੜਾ ਉਹ ਜ਼ਰੂਰ ਤੁਹਾਡੇ ਰੂਬਰੂ ਕਰਨਾ ਜੋ ਮਰਜ਼ੀ ਹੋ ਜਾਏ। ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਾਫੀ ਅੱਜ ਗਹਿਮਾ ਗਾਮੀ ਹੈਗੀ ਆ, ਰਿਜ਼ਲਟ ਆ ਰਹੇ ਨੇ, ਕੀ ਆ ਰਹੇ ਨੇ ਮੈਂ ਦੇਖੇ ਨਹੀਂ ਸੌਣ ਲੱਗੇ, ਤੁਸੀਂ ਮੈਨੂੰ ਰਿਜ਼ਲਟ ਦਿੱਲੀ ਦੇ ਤਾਂ ਕੋਈ ਦੱਸ ਦਿਓ, ਨਾਲ ਨਾਲ ਅਪਡੇਟ ਕਰ ਦਿਓ, ਚੰਗੀ ਗੱਲ ਹੈ। ਭਗਵੰਤ ਮਾਨ ਨਾਲ ਮੇਰੀ ਗੱਲ ਹੁਣੇ ਥੋੜ੍ਹੀ ਦੇਰ ਪਹਿਲਾਂ ਹੋਈ, ਵਾਹਵਾ ਲੰਬੀ ਚੌੜੀ ਘੰਟਾ ਡੇਢ ਘੰਟਾ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਾਂ ਬਾਤਾਂ। ਪਰ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਤੁਸੀਂ ਜ਼ਰੂਰ 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 ਕੋਈ ਅਪਡੇਟ ਜੇ ਹੈਗੀ ਆ, ਚਾਹੇ ਦਿੱਲੀ ਦੇ ਰਿਜ਼ਲਟ ਨੇ, ਚਾਹੇ ਕੋਈ ਪੰਜਾਬ ਦੀ ਗੱਲਬਾਤ ਹੈਗੀ ਆ, ਤਾਂ ਜ਼ਰੂਰ ਸਾਡੇ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੀ ਕਰਿਓ, ਜਾਣੀ ਕਿ ਅੱਜ ਦਾ ਪ੍ਰੋਗਰਾਮ ਤੁਹਾਡਾ ਹੁੰਦਾ, ਤੁਸੀਂ ਪ੍ਰੋਗਰਾਮ ਕਰਦੇ ਹੋ ਅੱਜ ਨੂੰ, ਅੱਜ ਮੈਂ ਇੱਕ ਸਿਰਫ ਵਿੱਚ ਬੈਠਦਾ, ਤੁਸੀਂ ਸੁਣਦੇ ਸੁਣਾਉਂਦੇ ਹੋ, ਸਾਰੇ ਗੱਲਬਾਤ ਆਪਾਂ ਕਰਦੇ ਹਾਂ। ਪਰ ਨਾਲ ਦੀ ਨਾਲ ਜਿਹੜੀ ਗੱਲਬਾਤ ਜੇ ਕਰੀਏ ਪ੍ਰੋਗਰਾਮ ਦੀ, ਤਾਂ ਪ੍ਰੋਗਰਾਮ ਦੇ ਵਿੱਚ ਅੱਜ ਕੋਈ ਨਾ ਕੋਈ ਆਪਾਂ ਪੁਰਾਣੇ ਰੰਗ ਜਿਹੜੇ ਤੁਹਾਡੇ ਰੂਬਰੂ ਪੇਸ਼ ਕਰੀਦੇ ਆ, ਕੋਈ ਨਾ ਕੋਈ ਕਲਾਕਾਰ ਪੇਸ਼ ਕਰੀਦਾ। ਪਰ ਅੱਜ ਮੈਂ ਇੱਕ ਵਾਰ ਫਿਰ ਕਾਫੀ ਲੰਬੇ ਅਰਸੇ ਤੋਂ ਬਾਅਦ ਇੱਕ ਐਸਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ, ਸਾਡੇ ਬਹੁਤ ਸਾਰੇ ਲੋਕ ਕਿੱਸੇ ਨੇ, ਲੋਕ ਕਿੱਸੇ, ਲੋਕ ਰੰਗ, ਲੋਕ ਨਾਚ, ਲੋਕ ਵਿਸ਼ਵਾਸ, ਇਹ ਸਾਰਾ ਕੁਝ ਜਿਹੜਾ ਹੈਗਾ, ਇਹ ਲੋਕ ਕਿੱਸੇ ਆਪਾਂ ਉਹ ਕਹਿੰਦੇ ਵੀ ਜਿਹੜੇ ਲੋਕਾਂ ਨੇ ਬਣਾਏ ਹੋਣੇ, ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਣ, ਠੀਕ ਹੈ ਜੀ। ਅਤੇ ਉਹਨਾਂ ਕਿੱਸਿਆਂ ਦੇ ਵਿੱਚ ਮੈਂ ਇੱਕ ਵਾਰ ਲੰਬੇ ਅਰਸੇ ਤੋਂ ਬਾਅਦ ਜੁਗਨੀ ਨੂੰ ਫਿਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਜੁਗਨੀ ਸਾਨੂੰ ਵੈਸੇ ਚਲੋ ਸਾਰੇ ਕਈ ਵਾਰ ਦਰਸ਼ਕ ਪ੍ਰੋਗਰਾਮ ਨਹੀਂ ਦੇਖਦੇ, ਜਿਹੜਾ ਆਉਂਦਾ ਆ ਕੋਈ ਬਾਅਦ 'ਚ ਦੇਖਦਾ, ਕੋਈ ਨਹੀਂ ਦੇਖ ਸਕਦਾ, ਫਿਰ ਕਈ ਵਾਰ ਸਾਨੂੰ ਕਹਿੰਦੇ ਜੀ ਤੁਸੀਂ ਜੁਗਨੀ ਬਾਰੇ ਕਦੇ ਗੱਲ ਨਹੀਂ ਕੀਤੀ। ਪਰ ਜੁਗਨੀ ਬਾਰੇ ਗੱਲ ਕੀਤੀ ਹੁੰਦੀ ਹੈ, ਉਹ ਤੁਸੀਂ ਦੇਖੀ ਜਾਂ ਸੁਣੀ ਨਹੀਂ ਹੁੰਦੀ, ਉਹ ਵੱਖਰੀ ਗੱਲ। ਸੋ ਅੱਜ ਤੁਹਾਡੀਆਂ ਕਾਲਾਂ ਲੈਣ ਤੋਂ ਪਹਿਲਾਂ ਥੋੜ੍ਹੀ ਦੇਰ ਜੁਗਨੀ ਦੀ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਭਗਵੰਤ ਮਾਨ ਉਹਨਾਂ ਨੂੰ ਵੀ ਜੇ ਦਿੱਲੀ ਦੇ ਰਿਜ਼ਲਟ 'ਚ ਬਿਜ਼ੀ ਨਾ ਹੋਏ ਤਾਂ ਅਪਡੇਟ ਲੈਣ ਦੀ ਦਿੱਲੀ ਦੀ, ਉਹਨਾਂ ਕੋਲੋਂ ਵੀ ਕੋਸ਼ਿਸ਼ ਕਰਾਂਗੇ। ਬ੍ਰੇਕ ਤੋਂ ਬਾਅਦ ਨਾਲ ਨਾਲ ਤੁਹਾਡੀਆਂ ਕਾਲਾਂ ਲਵਾਂਗੇ ਅਤੇ ਗੱਲ ਕਰੀਏ ਜੁਗਨੀ। ਵੈਸੇ ਜੁਗਨੀ ਬੜੇ ਲੰਬੇ ਅਰਸੇ ਤੋਂ ਗਾਈ ਜਾ ਰਹੀ ਹੈ, ਪਰ ਜੁਗਨੀ ਬਣੀ ਕਿਵੇਂ ਇਹਦਾ ਲੋਕਾਂ ਨੂੰ ਵਾਲਿਆਂ ਨੂੰ ਨਹੀਂ ਪਤਾ, ਇਹਦਾ ਪਤਾ ਲੱਗਣਾ ਵੀ ਨਹੀਂ ਸੀ। ਜੁਗਨੀ ਜਿਹੜੀ ਹੈ ਉਹ 1906 ਦੇ ਵਿੱਚ ਹੋਣ ਦੇ ਵਿੱਚ ਹੈ ਜੀ, ਪਰ ਸਾਨੂੰ ਕਦੋਂ ਪਤਾ ਲੱਗਾ, 1969 ਦੇ ਵਿੱਚ। ਉਹ ਵੀ ਕਿਸੇ ਨੇ, ਬਾਬਾ ਮੱਖਣ ਸਿੰਘ ਜਿਹੜੇ ਫਰੀਡਮ ਫਾਈਟਰ ਹੈਗੇ ਅਤੇ ਢਾਡੀ ਜੈਮਲ ਸਿੰਘ ਜਿਹੜੇ ਹੈਗੇ, ਉਹਨਾਂ ਨਾਲ ਕਿਸੇ ਨੇ ਗੱਲਬਾਤ ਕੀਤੀ ਅਤੇ ਉਹਨਾਂ ਨੇ, ਬਜ਼ੁਰਗ ਸੀਗੇ 1969 ਦੇ ਵਿੱਚ ਬਹੁਤ ਜ਼ਿਆਦਾ ਉਹ, ਤਾਂ ਉਹਨਾਂ ਨੇ ਸਾਰੀ ਫਿਰ ਸਟੋਰੀ ਸੁਣਾਈ ਕਿ ਜੁਗਨੀ ਕਿਵੇਂ ਪੈਦਾ ਹੋਈ, ਕਿਵੇਂ ਹੋਣ ਦੇ ਵਿੱਚ ਆਈ। ਸੋ ਉਹ ਜੁਗਨੀ ਜਿਹੜੀ ਆਪਾਂ ਅੱਜ ਕੱਲ੍ਹ ਕਲਾਕਾਰਾਂ ਕੋਲ ਸੁਣਦੇ ਹਾਂ, ਕਿਸੇ ਨੇ ਕੁਛ ਬਣਾਤਾ ਜੁਗਨੀ ਦਾ, ਕਿਸੇ ਨੇ ਕੁਛ ਬਣਾਤਾ, ਕਿਸੇ ਨੇ ਕੁਛ ਬਣਾਤਾ, ਫਿਲਮਾਂ ਵਾਲਿਆਂ ਨੇ ਹੋਰ ਹੀ ਕੁਛ ਬਣਾਤਾ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। 1906 ਦੇ ਵਿੱਚ ਇਹ ਜੁਗਨੀ ਹੋਣ ਦੇ ਵਿੱਚ ਆਈ ਸੀ, ਜਦੋਂ ਅੰਗਰੇਜ਼ ਸਰਕਾਰ ਜਿਹੜੀ ਮਹਾਰਾਣੀ ਸੀਗੀ, ਉਹਦਾ ਕੋਈ 50ਵਾਂ ਸ਼ਾਇਦ ਕੋਈ ਜਨਮਦਿਨ ਸੀਗਾ ਜਾਂ ਫਿਰ 50ਵੀਂ ਉਹਦੀ ਐਨੀਵਰਸਰੀ ਸੀਗੀ ਰਾਜ ਦੀ, ਉਹ ਮਨਾਉਣ ਵਾਸਤੇ 1906 ਦੇ ਵਿੱਚ ਉਹਨਾਂ ਨੇ ਇੱਕ ਜੁਬਲੀ ਕੱਢੀ ਸੀ। ਜੁਬਲੀ, ਜੁਬਲੀ ਭਾਵ ਮਸ਼ਾਲ ਇੱਕ ਲੈ ਕੇ ਗਏ ਸੀ ਇੰਗਲੈਂਡ ਤੋਂ, ਉਸ ਮਸ਼ਾਲ ਨੂੰ ਭਾਰਤ ਦੇ, ਸਾਂਝਾ ਭਾਰਤ ਸੀਗਾ ਉਦੋਂ, ਬੜਾ ਵੱਡਾ ਭਾਰਤ ਸੀ, ਸਾਰੇ ਭਾਰਤ ਦੇ ਸ਼ਹਿਰਾਂ ਦੇ ਵਿੱਚ ਉਹ ਮਸ਼ਾਲ ਜਾਂਦੀ ਸੀਗੀ, ਉਹ ਸੈਲੀਬ੍ਰੇਟ ਉੱਥੇ ਕਰਦੇ ਸੀ, ਜਿਹੜੇ ਵੀ ਉੱਥੇ ਉਹਨਾਂ ਦੇ ਬੰਦੇ ਹੁੰਦੇ ਸੀ ਉਹਨਾਂ ਨਾਲ ਸੈਲੀਬ੍ਰੇਟ ਕਰਦੇ ਸੀ। ਗੁਰਮੀਤ ਬਾਵਾ ਦਾ ਇਹ ਜੁਗਨੀ ਜਿਹੜੀ ਗਾਈ ਸੀ ਬੜੀ ਵਧੀਆ, ਬਹੁਤ ਪਸੰਦ ਕੀਤੀ ਜਾਂਦੀ ਹੈ। ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਬਿਸ਼ਨੇ ਮੰਡੇ ਦੀ, ਉਹਨਾਂ ਨੇ ਧੁੰਮਾਂ ਪਾਤੀਆਂ ਚਾਰ ਚੁਫੇਰੇ, ਉਹਨਾਂ ਦੀ ਜੁਬਲੀ ਨੇ, ਜਿਹੜੇ ਵੀ ਸ਼ਹਿਰ ਜਿਹੜੇ ਪਿੰਡ ਜਾ ਕੇ ਖਾਣਾ ਲਾਉਂਦੇ ਸੀ, ਦੁਨੀਆ ਇਹਨਾਂ ਦੇ ਮਗਰ ਹੋ ਤੁਰਦੀ ਸੀ, ਐਸਾ ਇਨਕਲਾਬ ਲਿਆਂਦਾ। ਅਗਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਤਾਂ ਮੈਂ ਸਮਝਦਾ ਇਹਨਾਂ ਦਾ ਵੀ ਆਜ਼ਾਦੀ ਦੇ ਵਿੱਚ ਬਰਾਬਰ ਦਾ ਯੋਗਦਾਨ ਅਸੀਂ ਕਹਿ ਸਕਦੇ ਹਾਂ। ਇਹਨਾਂ ਨੇ ਇੱਕ ਲੋਕਾਂ ਨੂੰ ਅਵੇਅਰਨੈਸ ਦਿੱਤੀ 1906 ਦੇ ਵਿੱਚ, ਲੋਕਾਂ ਨੂੰ ਜਗਾਇਆ ਆਪਣੀਆਂ ਕਵਿਤਾਵਾਂ ਦੇ ਬਾਅਦ। ਜਿਵੇਂ ਅਸੀਂ ਗੱਲ ਕਰੀਏ ਕਮਿਊਨ ਕਾਂਗਰਸ ਜਿਹੜੇ ਸੀਗੇ,
ਜਿਵੇਂ ਭਾਈ ਮੰਨਾ ਸਿੰਘ ਸੀ ਗੁਰਚਰਨ ਸਿੰਘ, ਉਹ ਨਾਟਕ ਕਰਕੇ ਲੋਕਾਂ ਨੂੰ ਜਗਾਉਂਦੇ ਸੀ ਭਾਈ ਆਪਣੇ ਹੱਕਾਂ ਵਾਸਤੇ ਜਾਗੋ ਲੜੋ, ਇਹਨਾਂ ਨੇ ਵੀ ਉਹੀ ਕੰਮ ਕੀਤਾ ਸੀਗਾ। ਸੋ ਇਹਨਾਂ ਨੇ ਇਹ ਬਾਅਦ ਦੇ ਵਿੱਚ ਜਦੋਂ ਫਿਰ ਜ਼ਿਆਦਾ ਕੰਮ ਵੱਧ ਗਿਆ ਸੀ ਤਾਂ ਦੋਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਮਾਰ ਦਿੱਤਾ ਗਿਆ ਸੀ ਅੰਗਰੇਜ਼ਾਂ ਦੁਆਰਾ। ਸੋ ਇੱਕ ਗੀਤ ਹੋਰ ਜਿਹੜਾ ਇਹਨਾਂ ਦਾ ਸਾਂਝਾ ਕਰਦੇ ਤੁਹਾਡੇ ਨਾਲ, ਇਹ ਆਰਫ ਲੋਹਾਰ ਨੇ ਗਾਇਆ, ਉਹਨੇ ਵੱਖਰੀ ਤਰ੍ਹਾਂ ਦੀ ਜੁਗਨੀ ਆਪਣੇ ਹਿਸਾਬ ਦੀ ਪੇਸ਼ ਕੀਤੀ ਹੈ, ਜੋ ਕਿ ਸੁਪਰ ਡੁਪਰ ਡੁਪਰ ਹਿੱਟ ਹੋਈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਗਾਈ ਹੋਈ ਹੈ ਜੁਗਨੀ। ਅਤੇ ਨਾਲ ਦੀ ਨਾਲ ਅਗਰ ਦਿੱਲੀ ਰਿਜ਼ਲਟਾਂ ਦੀ ਗੱਲ ਕਰੀਏ ਬ੍ਰੇਕ 'ਤੇ ਜਾਣ ਤੋਂ ਪਹਿਲਾਂ, ਤਾਂ ਦਿੱਲੀ ਦੇ ਵਿੱਚ 53 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ, 16 'ਤੇ BJP ਜਾ ਰਹੀ, ਅਤੇ 1 'ਤੇ ਕਾਂਗਰਸ ਪਾਰਟੀ ਜਾ ਰਹੀ ਹੈ, ਜੋ ਕਿ ਤਕਰੀਬਨ ਤਕਰੀਬਨ ਜਿਹੜੇ ਸਰਵੇ ਆਏ ਸੀ ਉਹਨਾਂ ਦੇ ਨੇੜੇ ਤੇੜੇ ਆ। ਚਲੋ ਜੀ, ਰਿਜ਼ਲਟ ਆ ਜਾਣੇ, ਹੋਰ ਥੋੜ੍ਹੀ ਦੇਰ ਤੱਕ ਸਾਹਮਣੇ ਪਟਾਰੀ ਖੁੱਲ੍ਹ ਜਾਣੀ ਹੈ, ਵਿੱਚੋਂ ਨਿਕਲ ਆਉਣਾ ਸੱਪ, ਕਿਹਦਾ ਕੀ ਨਿਕਲਦਾ, ਕਿਹਦਾ ਫਰੀਅਰ ਸੱਪ ਨਿਕਲਦਾ ਅਤੇ ਕਿਹਦੇ ਫਿਰ ਆਂਡਾ ਨਿਕਲਦਾ, ਉਹ ਪਤਾ ਲੱਗ ਜਾਣਾ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਪ੍ਰੋਗਰਾਮ ਦਾ ਸਿਲਸਿਲਾ, ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਦਾ ਸਿਲਸਿਲਾ ਤਾਂ ਪਹਿਲਾਂ ਹੀ ਸ਼ੁਰੂ ਹੋਇਆ। ਦਿੱਲੀ ਦੀ ਅਪਡੇਟ ਇਹ ਹੈ ਵੀ ਜਿਹੜੀ ਕਾਂਗਰਸ ਕੋਲ ਇੱਕ ਸੀਟ 'ਚ ਅੱਗੇ ਜਾ ਰਹੇ ਸੀਗੇ, ਉਹ ਵੀ ਫਿਸਲ ਕੇ BJP ਦੀ ਝੋਲੀ ਅੱਡ ਗਈ ਹੈ। ਹੁਣ 53 ਆਮ ਆਦਮੀ ਪਾਰਟੀ ਅਤੇ 17 BJP ਹੋ ਗਈ ਆ। ਕਿ ਤੁਹਾਡੇ ਕੋਲ ਅਪਡੇਟ ਹੋਵੇ, ਭਗਵੰਤ ਮਾਨ ਉਹਨਾਂ ਨੂੰ ਫੋਨ 'ਤੇ ਲੈਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹਨਾਂ ਨੇ ਮੈਸੇਜ ਆ ਗਿਆ ਵੀ ਆਈ ਵਿਲ ਕਾਲ ਯੂ ਲੇਟਰ, ਔਰ ਉਹ ਸ਼ਾਇਦ ਜੇ ਕਾਲ ਆ ਗਈ ਪ੍ਰੋਗਰਾਮ ਚੱਲਦੇ ਚੱਲਦੇ ਫਿਰ ਜ਼ਰੂਰ ਗੱਲਬਾਤ ਕਰਾ ਦਾਂਗੇ, ਨਹੀਂ ਤਾਂ ਆਪਾਂ ਜਿਵੇਂ ਆਪਣੇ ਜਿਹੜੇ ਗੱਲਬਾਤ ਕਰਦੇ ਉਹ ਕਰੀ ਜਾਵਾਂਗੇ। ਵੈਸੇ ਦਿੱਲੀ ਦੀਆਂ ਵੋਟਾਂ ਦਾ NRI ਨੂੰ ਕੋਈ ਬਾਹਲਾ ਐਤਕੀ ਕੋਈ ਫਰਕ ਨਹੀਂ ਮੈਨੂੰ ਲੱਗਿਆ, ਜਾਂ ਕੋਈ ਚਾਅ ਜਾਂ ਐਕਸਾਈਟਮੈਂਟ ਜਾਂ ਕਿਤੇ ਗੱਲਾਂ ਆਉਂਦੀਆਂ ਹੁਣ ਵੀ ਕੀ ਬਣੂ ਦਿੱਲੀ ਦਾ, ਕੀ ਬਣੂ ਦਿੱਲੀਆਂ ਦਾ। ਪਰ ਇਹ ਗੱਲ ਸਾਨੂੰ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਦਿੱਲੀ ਦਾ ਰਿਜ਼ਲਟ ਆਉਣ ਨਾਲ ਪੰਜਾਬ ਦੀ ਰਾਜਨੀਤੀ 'ਤੇ ਵੀ ਉਹਦਾ ਅਸਰ ਪਏਗਾ। ਕਾਲਾਂ ਲੈਂਦੇ ਤੁਹਾਡੀਆਂ, ਜਾਣਦੇ ਤੁਹਾਡੇ ਵਿਚਾਰ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਹਿਬ ਜੀ, ਵਾਹ ਜੀ ਵਾਹ, ਵਾਹ ਜੀ ਵਾਹ ਜਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਪੈਰੀ ਪੈਣਾ ਜੀ, ਹਾਂਜੀ ਹਾਂਜੀ। ਪਹਿਲਾਂ ਤਾਂ ਜੀ ਮੈਂ ਤੁਹਾਨੂੰ ਵੀ ਸੱਦਾ ਪੱਤਰ ਦਿੰਦਾ ਜੀ, 6 ਮਾਰਚ ਨੂੰ ਜੇ ਆ ਸਕਦੇ ਜ਼ਰੂਰ ਦਰਸ਼ਨ ਦਿਓ, ਸਟੂਡੀਓ ਦੀ ਗ੍ਰੈਂਡ ਓਪਨਿੰਗ ਆ, ਨਹੀਂ ਤਾਂ ਆਸ਼ੀਰਵਾਦ ਤੁਹਾਡਾ ਜਿਹੜਾ ਉਹ ਸਾਡੇ ਨਾਲ ਹੈਗਾ, ਉਮੀਦ ਆ ਵੀ ਜ਼ਰੂਰ, ਸ਼ੁਭਕਾਮਨਾਵਾਂ ਤੁਹਾਡੀਆਂ। ਚੜ੍ਹਦੀਆਂ ਗੱਲਾਂ 'ਚ ਪਹਿਲਾਂ ਤਾਂ ਤੁਸੀਂ ਲੱਭਦੇ ਨਹੀਂ, ਅਸੀਂ ਇਹ ਤੁਹਾਨੂੰ ਮੁਬਾਰਕਾਂ ਦੇਣੀਆਂ ਸੀਗੀਆਂ। ਅੱਛਾ ਜੀ, ਅੱਛਾ, ਬਹੁਤ ਕਾਫੀ ਬਿਜ਼ੀ ਰਿਹਾ ਮੈਂ, ਸਗੋਂ ਤੁਹਾਨੂੰ ਆਪਣੇ ਪਰਸਨਲ ਵੀ ਉਹ ਕਰਿਆ ਸੀ ਫੋਨ ਮੁੜ ਕੇ, ਕਾਫੀ ਜ਼ਿਆਦਾ ਭੱਜ ਦੌੜ ਉਸ ਵਿੱਚ, ਅਸੀਂ ਸਟੂਡੀਓ ਦੇ ਮੂਹਰੇ ਹੀ ਕਰ ਰਹੇ ਫੰਕਸ਼ਨ, ਅਤੇ ਉਹ ਪਰਮਿਸ਼ਨਾਂ ਫਿਰ ਕਾਫੀ ਹੁੰਦੀਆਂ ਉੱਥੇ ਕੈਲੀਫੋਰਨੀਆ ਦੇ ਵਿੱਚ, ਹਰ ਚੀਜ਼ ਦੀ ਪਰਮਿਸ਼ਨ ਪਰਮਿਟ ਪਹਿਲਾਂ ਲੈ ਕੇ, ਅਤੇ ਉਹ ਫਿਰ ਅੱਜ ਉੱਧਰ ਲੱਗੇ ਰਹੇ। ਹਾਂਜੀ, ਹੋਰ ਸੁਣਾਓ ਤੁਸੀਂ, ਸਿਹਤ ਠੀਕ ਆ ਜੀ? ਚਲੋ ਠੀਕ ਹੈ, ਬਹੁਤ ਮਿਹਰਬਾਨੀ ਜੀ ਭਾਅ ਜੀ। ਇਹ ਤਾਂ ਪੰਜਾਬੀਆਂ ਦੇ ਪਿਆਰ ਨਾਲ ਹੀ ਹੋਇਆ ਜੀ, ਆਸ਼ੀਰਵਾਦ ਨਾਲ ਕਹਿ ਲਓ, ਪਿਆਰ ਨਾ ਕਹਿ ਲਓ, ਸਪੋਰਟ ਨਾ ਕਹਿ ਲਓ, ਫਾਈਨੈਂਸ਼ੀਅਲ ਸਪੋਰਟ ਨਾ ਕਹਿ ਲਓ, ਸਾਰੀ ਸਪੋਰਟ ਜਿਹੜੀ ਉਹ ਜਿਹੜੇ ਪੰਜਾਬੀ ਬੈਠੇ ਨੇ ਖਾਸ ਤੌਰ 'ਤੇ ਕੈਲੀਫੋਰਨੀਆ ਦੇ, ਅਬਲ ਤਾਂ ਪੂਰੀ ਦੁਨੀਆ ਦੇ ਵਿੱਚ, ਪਰ ਇਹ ਸਾਰਾ ਕੁਛ ਉਹਨਾਂ ਦੀ ਬਦੌਲਤ ਹੀ ਹੋਇਆ। ਇਸ ਗੱਲ ਦਾ ਇਹ ਆਪਦੇ ਉਦਮ ਦੇ ਨਾਲ ਹੈ ਵੀ ਨਾਮ ਜੇ ਦੀਵਾ ਜਗਦਾ ਤਾਂ ਫਿਰ ਭਮਾਕੜ ਆ ਹੀ ਜਾਂਦੇ ਆ। ਨਹੀਂ ਜੀ ਨਹੀਂ, ਇਹ ਇਹ ਨਹੀਂ ਨਹੀਂ ਇਹ ਨਹੀਂ ਕਹਿ ਸਕਦੇ ਸਰ, ਤਾਂ ਮਤਲਬ ਜਿੰਨਾ ਮਤਲਬ ਪੰਜਾਬੀ ਚੈਨਲ ਦੀ ਅਗਰ ਅਸੀਂ ਗੱਲ ਕਰੀਏ ਅਮੈਰੀਕਾ ਦੇ ਵਿੱਚ, ਤਾਂ ਜਿੰਨਾ ਪਿਆਰ ਜਸ ਪੰਜਾਬੀ ਨੂੰ ਮੇਰੇ ਖਿਆਲ ਹੋਰਾਂ ਨੂੰ ਵੀ ਹੋਏਗਾ, ਪਰ ਅਸੀਂ ਆਪਣੇ ਆਪ 'ਤੇ ਸਾਨੂੰ ਮਤਲਬ ਮਾਣ ਹੁੰਦਾ, ਪਰਮਾਤਮਾ ਦਾ ਸ਼ੁਕਰ ਕਰੀਦਾ। ਇਹਦੇ ਵਿੱਚ ਤਾਲਮੇਲ ਤਕਰੀਬਨ ਸਾਰੇ ਇੱਦਾਂ ਨੇ, ਇੱਕ ਦੇ ਇੱਦਾਂ ਨੇ ਚ ਬੱਚਿਆਂ ਦਾ, ਮਰਦਾਂ ਦਾ, ਬੀਬੀਆਂ ਦਾ, ਸਾਰਿਆਂ ਦਾ ਰਲ ਮਿਲ ਕੇ ਬੜਾ ਇਹ ਇੱਕ ਸਾਂਝਾ ਗੁਲਦਸਤਾ ਜਿੱਦਾਂ ਕਹਿੰਦੇ ਵੀ। ਨਹੀਂ, ਬਹੁਤ ਵਧੀਆ ਰਿਸਪੋਂਸ ਆ ਜੀ, ਸਾਨੂੰ ਇੱਥੋਂ ਹੁੰਗਾਰਾ ਬਹੁਤ ਜ਼ਬਰਦਸਤ ਮਿਲਦਾ, ਸਾਰੇ ਜਾਣੇ ਆਉਣੇ ਜਿੱਥੇ ਵੀ, ਅਤੇ ਬਾਕੀ ਪਰਮਾਤਮਾ ਦੀ ਕਿਰਪਾ ਰਹੀ, ਆਸ਼ੀਰਵਾਦ ਸਭ ਦਾ, ਅਤੇ ਫੰਕਸ਼ਨ ਵੀ ਪਰਮਾਤਮਾ ਕਰੇ ਵਧੀਆ ਸਿਰੇ ਚੜੂਗਾ ਜੀ, ਅਤੇ ਬਾਕੀ ਕੰਮ ਕਾਰ ਤਾਂ ਫਿਰ ਕਰਾਂਗੇ ਇੱਥੇ। ਹਾਂਜੀ ਹਾਂ, ਵਧੀਆ ਚੜੂ, ਵਧੀਆ ਚੜੂ ਮੇਰਾ ਹੋਣਗੇ। ਅਤੇ ਕਹਿੰਦੇ ਜੀ ਅਨਾਰ ਦਾ ਫੁੱਲ ਖਿਲਿਆ, ਨਾ ਕਿਸੇ ਭੌਰ ਨੇ ਭੂ ਭੂ ਕੀਤੀ, ਨਾ ਹੀ ਕੋਈ ਕੋਲ ਬੋਲੀ। ਅੱਛਾ ਜੀ, ਅਨਾਰ ਦੇ ਫੁੱਲ 'ਤੇ ਜੀ? ਹਾਂਜੀ, ਗਾਂ ਤਾਂ ਹੋਰ ਦੇ ਮੈਂ ਫਿਰ ਕਹਿੰਦਾ ਵੀ ਦਿੱਲੀ ਵਾਲਾ ਦੰਗਲ ਐਕਤੀ ਮਚਿਆ, ਐਕਤੀ ਕਿਸੇ ਦੀ ਨਹੀਂ, ਬੱਲੇ ਬੱਲੇ ਬਹੁਤੀ ਹੋਈ ਐਕਤੀ, ਸਾਰੇ ਉੱਦਾਂ ਇੱਕ ਦੂਜੇ ਦੀ ਜਿੱਦਾਂ ਕਹਿੰਦੇ ਦਮੜੀ ਪੱਟਣ ਪੁੱਟਣ 'ਤੇ ਲੱਗੇ ਹੋਏ ਆ। ਨਹੀਂ, ਐਤਕੀ ਜਿਹੜਾ ਅੰਦਰ ਖਾਤੇ ਤਾਂ ਹੈ, ਸਭ ਚਾਹੁੰਦੇ ਨੇ ਵੀ ਯਾਰ ਇਹ ਵੀ ਕੇਜਰੀਵਾਲ ਦਾ ਦੁਬਾਰਾ ਆ ਜਾਵੇ ਤਾਂ ਵਧੀਆ, ਅਤੇ ਪਰ ਇਹ ਕਾਫੀ ਡਿਟੇਲ 'ਚ ਮੇਰੀ ਹੋਈ ਸੀ ਭਗਵੰਤ ਨਾਲ ਗੱਲ, ਹਾਂਜੀ ਮੈਂ ਕਰੂੰਗਾ ਸਾਂਝੀ। ਹਾਂਜੀ ਆਹੋ, ਤੇ ਉਦਾਂ ਆ ਜਾਏ ਤੇ ਚੰਗੀ ਗੱਲ ਹੀ ਆ। ਉਦਾਂ ਤੇ ਉਦਾਂ ਵੀ ਕਹਿੰਦੇ ਜੇ ਜੀਵਨ ਸਵਾਰਨਾ ਫੇਲ ਹੋ
ਦੀਖਿਆ ਗੁਰੂ ਧਾਰਨ ਕਰਕੇ, ਜੀ ਤੇ ਜੇ ਮਿੱਟੀ ਪਟਾਉਣੀ ਫਿਰ ਦੇਖ ਲਓ ਇਲੈਕਸ਼ਨ ਲੜ ਕੇ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਕਿਉਂ ਓਨਾ ਚਿਰ ਨਹੀਂ ਕੋਈ ਵੀ ਘੂਰ ਸਕਦਾ ਜਿੰਨਾ ਚਿਰ ਦਾ ਹੱਥ ਕਮਾਨ ਹੋਵੇ ਜੀ, ਓਨਾ ਚਿਰ ਤੇ ਕੋਈ ਨਹੀਂ ਘੂਰ ਸਕਦਾ। ਜਿੰਨਾ ਚਿਰ ਨਾ ਹੱਥ ਕਮਾਨ ਹੋਵੇ ਜੀ, ਕਮਾਨ ਨਾਲ ਤਾਂ ਚੂਹਾ ਵੀ ਸ਼ੇਰ ਬਣ ਜਾਏ, ਭਾਵੇਂ ਕੰਨਾਂ 'ਚ ਅੜੀ ਹੋਈ ਜਾਨ ਹੋਵੇ। ਕਮਾਨ ਨਾਲ ਤਾਂ ਤਬਕ ਹਿਲਾ ਦਿੰਦੇ ਜੀ, ਇਹ ਹੱਥ ਮਰਦ ਤੇ ਭਾਵੇਂ ਰਕਾਨ ਹੋਵੇ। ਕਮਾਨ ਆਪ ਦੀ ਆਈ ਤੂੰ ਉੱਕਦੀ ਨਹੀਂ, ਮੂਹਰੇ ਬਾਪੂ ਤੇ ਭਾਵੇਂ ਭਗਵਾਨ ਹੋਵੇ। ਹੋਰ ਚੜ੍ਹਦੀ ਕਲਾ ਚ ਸਾਰੀ ਸੰਗਤਾਂ ਨੂੰ ਸਤਿ ਸ੍ਰੀ ਅਕਾਲ, ਭਲੇ ਦਾ ਸਮਾਂ ਆਵੇ ਫਿਰ ਦਰਸ਼ਨ ਕਰਾਂਗੇ ਜੀ। ਧੰਨਵਾਦ, ਬਹੁਤ ਮਿਹਰਬਾਨੀ ਜੀ ਅੰਗਾਰ ਸਾਹਿਬ, ਬਹੁਤ ਮਿਹਰਬਾਨੀ ਸ਼ਾਮਿਲ ਹੋਣ ਲਈ ਪ੍ਰੋਗਰਾਮ, ਤੁਹਾਡਾ ਬਹੁਤ ਧੰਨਵਾਦ। ਹੈਲੋ 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 ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਕੀ ਹਾਲ ਚਾਲ ਚੱਲੀ ਵੀਰੇ? ਗਵਾਂਢੀਓ ਜਾਗਦੇ ਕਿ ਸੁੱਤੇ? ਯਾਰ ਸੁੱਤੇ ਆਇਆ ਯਾਰੋ, ਆਇਆ ਸੀ ਪਰਸੋਂ ਇੱਥੇ ਤੂੰ ਆਪਣੇ ਆਪਣੇ ਪ੍ਰੋਗਰਾਮ ਚ ਕਈ ਵਾਰੀ ਗਾਣਾ ਗਾਉਂਦੇ ਹੁੰਦੇ। ਹਾਂਜੀ ਹਾਂਜੀ, ਤੇ ਅੱਛਾ ਇਹ ਮਤਲਬ ਹੈ ਨੀ ਹਨਾ ਬੜਾ ਇੰਟਰਸਟ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਸਾਡੇ ਪੰਜਾਬੀਆਂ ਦਾ? ਘਰੇ ਸੀਟਾਂ ਨੀ ਮਿਲੀਆਂ, ਰਿਜ਼ਲਟ ਹਜੇ ਆਉਣੇ ਆ। ਹਜੇ ਜਿਹੜਾ ਰੁਝਾਨ ਹੁੰਦਾ ਉਹ ਹੈ, ਗੱਲ ਚਲੋ ਮੈਂ ਬਹਿ ਮੈਂ ਉਦਾਂ ਇਕੱਲੇ ਨੇ ਗੱਲ ਕਰਕੇ ਕਰਨੀ ਸੀ, ਹੁਣ ਚਲੋ ਆਪਾਂ ਗੱਲ ਕਰਦੇ, ਗੱਲ ਚੋਂ ਗੱਲ ਨਿਕਲਦੀ ਹੈ, ਸਾਂਝੀ ਕਰਦਾ ਮੈਂ ਤੁਹਾਡੀ ਸੁਣਨ ਤੋਂ ਪਹਿਲਾਂ। ਜੇ ਆਪਾਂ ਗੱਲ ਕਰਦੇ ਮਸ਼ੀਨਾਂ ਦੀ ਹੇਰਾ ਫੇਰੀ, ਅੱਜ ਭਗਵੰਤ ਮਾਨ ਹੋਣਾ ਨਾਲ ਮੇਰੀ ਕਾਫੀ ਲੰਬੀ ਚੌੜੀ ਗੱਲ ਹੋਈ, ਤੇ ਉਹ ਕਹਿੰਦੇ ਵੀ ਮਸ਼ੀਨਾਂ ਦੀ ਹੇਰਾ ਫੇਰੀ ਉਹ ਤਾਂ ਬਿਲਕੁਲ ਨਹੀਂ ਹੈਗੀ ਵੀ ਜਿਹੜਾ ਕੋਈ ਸੱਚ ਹੋਰ ਦਵਾਉਂਦਾ ਤੇ ਹੋਰ ਕਰ ਦਿੰਦਾ। ਹੇਰਾ ਫੇਰੀ ਹੋ ਕਿੱਥੇ ਸਕਦੀ ਹੈ? ਵੋਟਾਂ ਪੈ ਗਈਆਂ ਜੀ, ਵੋਟਾਂ ਪੈ ਗਈਆਂ ਇੱਕ ਪਿੰਡ 'ਚ, ਤੇ ਉਹਨੂੰ ਸੀਲ ਲਾਤੀ ਮਸ਼ੀਨ ਨੂੰ। ਉਦੋਂ ਬਾਅਦ ਉਹ ਮਸ਼ੀਨ ਚੱਕ ਕੇ ਟਰੱਕ ਦੇ ਵਿੱਚ ਰੱਖ ਕੇ, ਤੇ ਉਹ ਮਸ਼ੀਨਾਂ ਸਾਰੀਆਂ ਇਕੱਠੀਆਂ ਕਰਕੇ ਜਾਣੀਆਂ ਇੱਕ ਜਗ੍ਹਾ ਸਕੂਲ ਦੇ ਵਿੱਚ ਜਲੰਧਰ ਜਾਂ ਕਿਤੇ ਹੋਰ ਜਿੱਥੇ ਗਿਣਤੀ ਹੋਣੀ ਹੈ। ਕਰਦੇ ਕਹਿੰਦਾ ਇਹ ਸੀ ਜਿਹੜੇ ਬੰਦੇ ਕਰਦੇ ਸੀਗੇ ਵੀ ਪਹਿਲਾਂ ਤਾਂ ਟਰੱਕ 'ਚ ਮਸ਼ੀਨਾਂ ਪਈਆਂ ਹੀ ਹੁੰਦੀਆਂ ਸੀਗੀਆਂ, ਹੋਰ ਪਹਿਲੀਆਂ ਪਈਆਂ ਰੱਖੀਆਂ ਹੁੰਦੀਆਂ, ਉਹ ਜਾ ਕੇ ਕੱਢ ਦੇਣੀਆਂ, ਉਹ ਗਿਣ ਲੈਣੀਆਂ। ਦੂਜਾ ਇਹ ਕਰਦੇ ਸੀ, ਦੂਜਾ ਇਹ ਕਰਦੇ ਸੀਗੇ ਕਿ ਉਹ ਮਸ਼ੀਨਾਂ ਚੇਂਜ ਕਰ ਦਿੰਦੇ ਸੀਗੇ ਪੂਰੀਆਂ, ਉਹ ਬਦਲ ਦਿੰਦੇ। ਹਾਂਜੀ ਮਸ਼ੀਨਾਂ ਬਦਲ ਦਿੰਦੇ। ਹਾਂਜੀ ਹਾਂਜੀ, ਪਰ ਉਹ ਕਹਿੰਦਾ ਵੀ ਅਸੀਂ ਇਹ ਕੀਤਾ, ਪਹਿਲੀ ਗੱਲ ਤਾਂ ਉੱਥੋਂ ਮਸ਼ੀਨਾਂ ਰੱਖਣ ਤੱਕ ਪਹਿਲਾਂ ਟਰੱਕ ਚੈੱਕ ਕੀਤੇ ਹੇਠੋਂ ਉੱਤੋਂ ਸਾਰੇ ਖਾਲੀ ਕੈਮਰਾ ਲਾ ਕੇ, ਕੈਮਰੇ ਲਾ ਕੇ, ਫਿਰ ਉਹ ਕਹਿੰਦੇ ਵੀ ਗਿਣਤੀ ਜਿੱਥੇ ਹੋਣੀ ਹੋਣੀ ਹੁੰਦੀ ਹੈ ਉੱਥੇ ਸੀਸੀਟੀਵੀ ਕੈਮਰੇ ਜਿਹੜੇ ਉਹਨਾਂ ਦੇ ਆਪਦੇ ਲੱਗੇ ਹੁੰਦੇ ਆ, ਉਹ ਉਹਦੇ 'ਚੋਂ ਗੜਬੜ ਕਰਦੇ ਵੀ ਉਹ ਚੇਂਜ ਕਰ ਦਿੰਦੇ, ਫੁਟੇਜ ਚੇਂਜ ਕਰਦੇ। ਉਹਦੇ 'ਚ ਕਹਿੰਦਾ ਵੀ ਅਸੀਂ ਇਹ ਕੀਤਾ, ਦਿੱਲੀ ਜਿਹੜੀ ਸ਼ੁਰੂਆਤ ਕੀਤੀ, ਕਹਿੰਦਾ ਪਹਿਲਾਂ ਮੈਂ ਸੰਗਰੂਰ ਇਹ ਕੀਤਾ ਸੀਗਾ ਉਹ ਕੰਮ, ਤੇ ਦਿੱਲੀ ਇਹ ਕੀਤਾ ਵੀ ਅਸੀਂ ਉੱਥੇ ਕੈਮਰੇ ਆਪਣੇ ਫਿੱਟ ਕਰਤੇ ਹਰ ਗਿਣਤੀ ਵਾਲਾ, ਤੇ ਤਾਂ ਕਰਕੇ ਸਹੀ ਹੈ, ਨਹੀਂ ਤਾਂ ਬਾਅਦ 'ਤੇ ਕਿੱਥੇ ਇਹਨਾਂ ਦੀ ਪੇਸ਼ ਜਾਣ ਦੇਣੀ ਸੀ। ਉਹ ਕਹਿੰਦਾ ਵੀ ਅਸੀਂ ਐਂ ਐਤਕੀ ਕੀਤਾ ਆ, ਨਾਲ ਗੱਡੀਆਂ ਮਗਰ ਲਾ ਕੇ, ਫੌਜ ਨਾਲ ਆ, ਇਸ ਕਰਕੇ ਪੂਰਾ ਚਾਂਸ ਗੜਬੜੀ ਦੇ ਹੈ ਨਹੀਂ ਗੇ। ਹਾਂਜੀ ਹੁਣ ਤੁਸੀਂ ਬੋਲੋ, ਤੁਸੀਂ ਉਹ ਵੋਟਾਂ ਨਹੀਂ ਉੱਥੇ ਕਰਦੇ ਜਿਹੜਾ ਤੂੰ ਕਹਿੰਦਾ, ਉਹ ਮਸ਼ੀਨਾਂ ਬਦਲਦੇ ਆ, ਪਹਿਲੇ ਮਸ਼ੀਨਾਂ ਰੱਖੀਆਂ ਉੱਥੇ ਸੈੱਟ ਕਰਕੇ, ਉਹ ਜਿਹੜੀਆਂ ਮਸ਼ੀਨਾਂ ਬਾਹਰੋਂ ਲਿਆਉਂਦੇ ਨਾ ਉਹ ਗਾਇਬ ਕਰ ਦਿੰਦੇ, ਜਿਹੜੀਆਂ ਉਹ ਪਹਿਲੀਆਂ ਹੁੰਦੀਆਂ ਉਹ ਰੱਖ ਦਿੰਦੇ ਅੰਦਰ। ਇੱਕ ਹੋਰ ਜਿਹੜੀ ਉਹਨੇ ਚੀਜ਼ ਦੱਸੀ ਵੀ ਜਿੱਦਾਂ 21,14,221 ਨੰਬਰ ਮਸ਼ੀਨ ਹੈ, ਹਾਂ ਹਾਂ ਉਹ ਹੀ 14,221 ਕਿਸੇ ਹੋਰ ਕੌਂਸਟੀਟਿਊਸ਼ਨ ਹੈਗੀ ਹੈ, ਬਿਲਕੁਲ ਬਿਲਕੁਲ ਇਹ ਚੀਜ਼ ਖਤਮ ਕੀਤੀ ਹੈ ਵੀ ਸੇਮ ਨੰਬਰ ਕਿਸੇ ਵੀ ਕੌਂਸਟੀਟਿਊਸ਼ਨ ਵਿੱਚ ਨਹੀਂ ਹੋਏਗਾ। ਨਾਲ ਰਲਿਆ ਜੋ ਮਰਜ਼ੀ ਕਰੀ ਜਾਣਾ, ਕੀ ਪ੍ਰੋਗਰਾਮ ਹੈ ਅੱਜ ਫਿਰ?
ਪ੍ਰੋਗਰਾਮ ਨਾਲ ਹੀ ਹੈ ਜੀ, ਜਿੱਦਾਂ ਮਰਜ਼ੀ ਤੁਸੀਂ ਦੱਸੋ। ਜੁਗਨੀ ਮੈਂ ਵੈਸੇ ਅੱਜ ਕੀ ਸੁਣਾਈ ਹੈ, ਜੁਗਨੀ ਦੇ ਦੋ ਤਿੰਨ ਗਾਣੇ। ਅੱਛਾ ਜੀ, ਹਾਂਜੀ ਤੁਸੀਂ ਆਪਣਾ ਦੱਸੋ ਕੋਈ ਨਹੀਂ। ਚਲੋ ਮੈਂ ਕੱਲ ਸੀਗਾ, ਮੈਂ ਕਿਹਾ ਭਗਤ ਜੀ ਦਾ ਜਨਮ ਦਿਨ, ਰਵਿਦਾਸ ਜੀ ਦਾ। ਹਾਂ ਕੱਲ 9 ਫਰਵਰੀ ਨੂੰ ਸੀਗਾ, ਅਤੇ ਕੱਲ੍ਹ ਅਸੀਂ ਪਿਟਸਬਰਗ ਜਿਹੜਾ ਸੀਗਾ ਰਵਿਦਾਸ ਓ ਟੈਂਪਲ, ਠੀਕ ਉੱਥੋਂ ਦਾ ਹੈ ਕਵਰ ਕੀਤਾ ਸੀ, ਉੱਥੇ ਗਏ ਸੀ ਕਰਨ ਵਾਸਤੇ ਠੀਕ ਹੈ। ਤੇ ਉਹਨਾਂ ਬਾਰੇ ਦੋ ਲੈਣਾ ਜੀ। ਬੋਲ ਲੈਣੇ ਜੁਗਲੀ, ਕੱਲ ਨੂੰ ਕੋਈ ਮਾਡਰਨ ਜੁਗਲੀ ਸੁਣਾਉਂਦਾ ਮੈਂ ਜਰੂਰ ਤੈਨੂੰ। ਜੀ ਜ਼ਰੂਰ, ਉਹਨਾਂ ਦੀਆਂ ਤਾਂ ਦੇਖੋ ਜੀ, ਉਹ ਵੀ ਇੱਕ ਹਾਂਜੀ ਜਨਤਾ ਨੂੰ ਜਗਾਉਣ ਵਾਲੇ ਜਿਹੜੇ ਭਗਤ ਬਿਲਕੁਲ ਹੋਏ। ਬਿਲਕੁਲ ਜੀ, ਹਾਂਜੀ ਹਾਂਜੀ ਬਹੁਤ ਜੀ। ਉਹ ਬਾਜਾ ਮਾਰਦੀ ਪੰਡਤ ਨੂੰ ਮਾਈ, ਚੂੜੇ ਵਾਲੀ ਵਾਂ ਗੱਡ ਕੇ ਖੁਸ਼ੀ ਪਿਆਰ ਦੀ ਅੱਖਾਂ ਚ ਭਰ ਆਈ, ਉਹ ਚੂੜੇ ਵਾਲੀ ਵਾਂ ਕੱਢ ਕੇ ਲੈ ਜਾ ਕੰਗਣੇ ਦੇਵੀ ਮੇਰੇ ਦਾਸ ਨੂੰ, ਗੰਗਾ ਜੀ ਨੇ ਦਿੱਤਾ ਜਾ ਕੇ ਕਹਿਣੀ ਰਵਿਦਾਸ ਨੂੰ, ਮੈਂ ਤਾਂ ਭਗਤਾਂ ਦੀ ਸਦਾ ਹਾਂ ਸਹਾਈ, ਚੂੜੇ ਵਾਲੀ ਵਾਂ ਕੱਢ ਕੇ ਬਾਜਾ ਮਾਰਦੀ ਭਗਤ ਨੂੰ ਮਾਈ, ਆਖਦੇ ਵੀ ਜਾ ਕੇ ਤੇਰੀ ਭੇਟਾ ਪਰਵਾਨ ਹੈ, ਦਮੜੀ ਹੀ ਤੇਰੀ ਮੈਨੂੰ ਲੱਖਾਂ ਦੇ ਸਮਾਨ ਹੈ, ਮੈਂ ਤਾਂ ਚੁੰਮ ਚੁੰਮ ਸੀਨੇ ਨਾਲ ਲਾਈ, ਉਹ ਚੂੜੇ ਵਾਲੀ ਵਾਂ ਕੱਢ ਕੇ ਭਗਤਾਂ ਦੇ ਨਾਲ ਭਗਵਾਨ ਦਾ ਪਿਆਰ ਹੈ, ਸੰਤਾਂ ਲਈ ਮੇਰੇ ਦਿਲ ਬਹੁਤ ਸਤਿਕਾਰ ਹੈ, ਜੇਵਾਂ ਲੱਖ ਲੱਖ ਦਿਲ ਬੜਾ ਵਧਾਈ, ਚੂੜੇ ਵਾਲੀ ਵਾਂ ਕੱਢ ਕੇ ਵਾਜਾ ਮਾਰਦੀ ਪੰਡਤ ਨੂੰ ਮਾਈ, ਚੂੜੇ ਵਾਲੀ ਵਾਂ ਕੱਢ ਕੇ। ਬਹੁਤ ਮਿਹਰਬਾਨੀ, ਹਾਂਜੀ ਬਹੁਤ ਮਿਹਰਬਾਨੀ ਤੁਹਾਡੀ। ਔਰ ਨਾਲ ਦੀ ਨਾਲ ਜਿਹੜੀ ਬ੍ਰੇਕ ਇੱਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਤਾਂ ਤੁਸੀਂ ਵੀ ਆਪਣੇ ਦਿਲ ਦੇ ਕੋਈ ਵਲਵਲੇ ਹੈਗੇ ਨੇ, ਸ਼ੌਕ ਸਭ ਨੂੰ ਹੁੰਦਾ, ਕਿਸੇ ਨੂੰ ਗਾਉਣ ਦਾ, ਕਿਸੇ ਨੂੰ ਲਿਖਣ ਦਾ, ਲਿਖਣ ਦਾ, ਕਿਸੇ ਨੂੰ ਸੁਣਨ ਦਾ, ਕਿਸੇ ਨੂੰ ਸੁਣਾਉਣ ਦਾ, ਸੋ ਅੱਜ ਦਾ ਦਿਨ ਜਿਹੜਾ ਰਾਖਵਾਂ ਹੁੰਦਾ ਤੁਹਾਡੇ ਵਾਸਤੇ ਸਪੈਸ਼ਲ, ਕਿ ਜੋ ਦਿਲ ਦੇ ਵਲਵਲੇ ਤੁਸੀਂ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਅੱਜ ਦੇ ਦਿਨ ਉਹ ਕਰ ਸਕਦੇ ਹੁੰਦੇ ਆ। ਫਿਲਹਾਲ ਬ੍ਰੇਕ ਲੈਂਦੇ ਹਾਂ, ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ, ਅਤੇ ਕੱਲ੍ਹ ਵਾਲਾ ਸਿਲਸਿਲਾ ਜਿਹੜਾ ਫਿਰ ਅੱਗੇ ਜਾਰੀ ਰੱਖਦੇ ਹਾਂ। ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੋਈ ਹੈਗੇ ਨੇ ਚਾਹਵਾਨ, ਉਹਨਾਂ ਵਾਸਤੇ ਬੁਰੀ ਖਬਰ ਤਾਂ ਨਹੀਂ ਕਹਿ ਸਕਦੇ, ਲੇਕਿਨ ਥੋੜ੍ਹੀ ਜਿਹੀ ਚਿੰਤਾ ਵਾਲੀ ਖਬਰ ਜ਼ਰੂਰ ਹੈ ਕਿ 49 ਅਤੇ ਹੁਣ ਆਮ ਆਦਮੀ ਪਾਰਟੀ ਅੱਗੇ ਹੈ, ਅਤੇ 21 ਸੀਟਾਂ 'ਤੇ BJP ਅੱਗੇ ਜਾ ਰਹੀ ਹੈ। ਸੋ 50+ ਰਹਿੰਦੇ ਆ, ਤਾਂ ਚਿੰਤਾ ਵਾਲੀ ਕੋਈ ਗੱਲ ਨਹੀਂ, ਜੇ ਘਟਨੇ ਹੁਣ ਸ਼ੁਰੂ ਹੋਏ ਆ ਤਾਂ ਕਿਤੇ ਜ਼ਿਆਦਾ ਨਾ ਘਟ ਜਾਣ, ਇਹ ਚਿੰਤਾ ਵਾਲੀ ਗੱਲ ਜ਼ਰੂਰ ਰਹੇਗੀ। ਅਤੇ ਕਾਲ ਲੈਣ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ, ਤੁਹਾਡੇ ਸਭ ਦੇ ਆਸ਼ੀਰਵਾਦ ਦਾ ਸਦਕਾ, ਤੁਹਾਡੇ ਸਭ ਦੇ ਪਿਆਰ ਦਾ ਸਦਕਾ, ਅਤੇ ਪਰਮਾਤਮਾ ਦੀ ਕਿਰਪਾ ਦੇ ਸਦਕਾ ਸਾਡਾ ਕੈਲੀਫੋਰਨੀਆ ਦਾ ਸਟੂਡੀਓ ਲੈਥਰੋਪ ਦੇ ਵਿੱਚ ਬਿਲਕੁਲ ਤਿਆਰ ਹੋ ਗਿਆ। 6 ਮਾਰਚ ਨੂੰ ਅਸੀਂ ਉਹਦੀ ਗ੍ਰੈਂਡ ਓਪਨਿੰਗ ਰੱਖੀ ਹੈ। ਸਾਡੇ ਕੈਲੀਫੋਰਨੀਆ ਦੇ ਵਿੱਚੋਂ ਜਾਂ ਕਿਤੇ ਉਹ ਵੀ ਇੱਕ ਦੋਸਤ ਮਿੱਤਰ ਭੈਣ ਭਰਾ ਆਉਣਾ ਚਾਹੁੰਦਾ ਤਾਂ ਮੋਸਟ ਵੈਲਕਮ ਹੈ, ਪਰ ਉਹਨਾਂ ਨੂੰ ਉਦੋਂ ਪਹਿਲਾਂ ਸਾਨੂੰ ਫੋਨ ਜਿਹੜਾ ਹੈਗਾ ਮੇਰੇ ਨੰਬਰ 'ਤੇ ਕਰ ਲਓ, ਜਾਂ 2094503362, ਜਾਂ ਫਿਰ ਅਸ਼ਮਿਤਾ ਜੀ ਦਾ ਨੰਬਰ ਜਿਹੜਾ ਹੈਗਾ 646-246-7770, ਅਤੇ ਨਾਲ ਦੀ ਨਾਲ ਮੈਂ ਇਹ ਵੀ ਜ਼ਰੂਰ ਹੱਥ ਬੰਨ ਕੇ ਬੇਨਤੀ ਕਰੂੰਗਾ, ਜਿੱਥੇ ਸਾਰਾ ਕੁਛ ਹੈ ਤੁਹਾਡਾ ਹੀ ਹੈ, ਤੁਹਾਡੇ ਕਰ ਕਮਲਾਂ ਦਾ ਹੀ ਹੈ, ਤੁਹਾਡੇ ਪੈਰਾਂ ਨੂੰ ਹੈ, ਉੱਥੇ ਹੀ ਤੁਸੀਂ ਸਾਡੀ ਜੇ ਕੋਈ ਹੈਲਪ ਕਰਨੀ ਚਾਹੋ ਸਟੂਡੀਓ ਦੇ ਵਿੱਚ, ਬਹੁਤ ਵੱਡਾ ਇੱਕ ਹੈਗਾ ਜਿਹੜਾ ਖਰਚਾ, ਇਨਵੈਸਟਮੈਂਟ ਕਹਿ ਲਓ, ਅਤੇ ਜ਼ਰੂਰ ਸਾਡੀ ਹੈਲਪ ਤੁਸੀਂ ਜਿੰਨੀ ਵੀ ਜੋ ਵੀ ਕਰਨੀ ਚਾਹੋ ਤਾਂ ਉਹ ਜ਼ਰੂਰ ਕਰ ਸਕਦੇ ਹੋ, ਜੇ ਕਰਨੀ ਚਾਹੋ ਬੰਦ 'ਚ ਕੋਈ ਨਹੀਂ, ਪਰ ਆਉਣਾ ਚਾਹੋ ਤਾਂ ਸਾਨੂੰ ਫੋਨ ਪਰ ਤੁਹਾਨੂੰ ਜ਼ਰੂਰ ਕਰਕੇ, ਜਾਂ ਨੰਬਰ 'ਤੇ ਸਾਡੇ ਆਪਣਾ ਨਾਮ ਅਤੇ ਸ਼ਹਿਰ ਲਿਖ ਕੇ ਟੈਕਸਟ ਮੈਸੇਜ ਜਿਹੜਾ ਉਹ ਕਰ ਸਕਦੇ ਹੋ, ਅਤੇ ਆ ਕੇ ਆਪਣੀ ਗੱਲਬਾਤ ਜਿਹੜੀ ਉਹ ਅੱਗੇ ਹੋ ਜਾਏ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਬਣਦਾ ਜੀ? ਕਿੱਦਾਂ ਦਿੱਲੀ ਦੀਆਂ ਵਧਾਈਆਂ ਹੋ ਗਈਆਂ ਕਿ ਨਹੀਂ? ਨਹੀਂ ਦਿੱਲੀ ਦੀਆਂ ਅੱਗੇ ਤਾਂ 53-54-55 ਦੇ ਅੱਗੇ ਸੀਗੇ, ਤੇ ਹੁਣ 49 ਦੇ ਰਹਿ ਗਏ ਨੇ। ਨਾ ਕਿੰਨਿਆਂ ਦੇ ਰਿਜ਼ਲਟ ਆ ਗਏ ਆ? ਨਹੀਂ ਰਿਜ਼ਲਟ ਕੋਈ ਨਹੀਂ ਆਇਆ ਜੀ। ਨਾ ਸੀਟਾਂ ਦੇ ਇਹਨਾਂ ਦੀਆਂ 34 ਤੇ ਅੱਗੇ ਜਾਂਦੇ ਸੀ, ਅੱਗੇ ਬਹੁਤ ਚਿਰ ਹੋਇਆ। ਨਹੀਂ 34 ਤੇ ਅੱਗੇ ਜਾਂਦੇ ਸੀ, ਮੈਂ ਜਿਹੜੇ ਲਾਸਟ ਦੇਖੇ ਆ ਉਹ 53 ਤੇ ਅੱਗੇ ਸੀਗੇ, 17 ਤੇ BJP ਸੀ, ਹੁਣ ਇਹ 49-49 ਤੇ ਹੈਗੇ ਅੱਗੇ, ਤੇ 21 ਤੇ BJP ਹੋ ਗਈ। ਬਹੁਤ ਫਰਕ ਹੈ ਫਿਰ ਤਾਂ, ਆਈ ਸਮਝੋ ਤੁਸੀਂ ਆਮ ਆਦਮੀ ਵਧਾਈਆਂ ਦਿਓ ਤੁਸੀਂ, ਇਹ ਤਾਂ ਬਣ ਗਈ ਆ। ਹਾਂਜੀ ਨਹੀਂ ਫਿਰ ਵੀ ਜਿਹੜੀ ਦੇ ਕਲੀਅਰ ਨਹੀਂ ਹੁੰਦਾ, ਕਿਉਂਕਿ ਕਲੀਅਰ ਬਸ ਹੁਣ ਤੱਕ ਜਿਹੜੀ ਮੇਰੀ ਭਗਵੰਤ ਮਾਨ ਨਾਲ ਗੱਲ ਹੋਈ ਸੀ, ਮੈਂ ਕਿਹਾ ਵੀ ਸਹੀ ਸਹੀ ਦੱਸੋ
ਕਿੰਨੀਆਂ ਸੀਟਾਂ ਤੁਸੀਂ ਮੰਨਦੇ ਹੋ? ਉਹ ਕਹਿੰਦਾ ਵੀ 70 ਦੀਆਂ 70। ਮੈਂ ਕਿਹਾ ਵੀ ਚਲੋ ਲੱਗ ਜਾਣਾ ਪਤਾ ਹੋਰ 2 ਘੰਟੇ 4 ਘੰਟੇ, ਅਤੇ ਹੁਣ ਮੈਂ ਫੋਨ ਕੀਤਾ ਸੀ ਹਜੇ ਚੱਕਿਆ ਨਹੀਂ, ਚਲੋ ਹੋਈ ਗਲਤ ਵਿੱਚ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇੰਟਰਸਟ ਘੱਟ ਲੱਗਿਆ ਨਾ ਆਪਣੇ NRI ਦਾ ਦਿੱਲੀ ਦੀਆਂ ਇਲੈਕਸ਼ਨ 'ਚ? ਨਹੀਂ ਚਲੋ ਇੱਥੇ ਵੀ ਬਹੁਤ ਮਾਰ ਗਿਆ ਹੁਣ ਇੱਦਾਂ ਆ ਵੀ ਇਹ ਤੋਂ ਬਾਅਦ ਆਪਣੇ ਜੱਗੀ ਜੀ ਹਾਂਜੀ ਆਪਣੇ ਪੰਜਾਬ ਵੱਲ ਨੂੰ ਪੈਰ ਪਸਾਰਨ, ਬਿਲਕੁਲ ਬਿਲਕੁਲ ਆਪਣਾ ਬਣਾਉਣ ਧੜਾ ਤੇ ਬੰਦੇ ਨੂੰ ਲੈਣ ਨਾਲ, ਜਿੱਦਾਂ ਹੁਣ ਆਪਣੇ ਸਿੱਧੂ ਸਾਹਿਬ ਬੈਠੇ ਆ, ਇਹਨਾਂ ਨੂੰ ਕਿਸੇ ਤਰ੍ਹਾਂ ਵੀ ਆ ਕੇ ਮਨਾ ਕੇ ਨਾਲ ਆਪਣੇ। ਬਿਲਕੁਲ ਜੀ, ਔਰ ਪੰਜਾਬ ਦੀ ਰਾਜਨੀਤੀ ਤੇ ਕਾਫੀ ਅਸਰ ਪਏਗਾ ਆਉਣ ਵਾਲੇ ਦਿਨਾਂ 'ਚ। ਜਿਹੜੀਆਂ ਬਾਕੀ ਪਾਰਟੀਆਂ ਨੇ, ਚਾਹੇ ਉਹ ਸਿੱਧੂ ਸਾਹਿਬ ਨੇ, ਚਾਹੇ BJP ਖੁਦ ਇਕੱਲਿਆਂ ਚੋਣਾਂ ਲੜਨਾ ਚਾਹੁੰਦੀ ਹੈ, ਇਹ ਦਿੱਲੀ ਦੀ ਇਹ ਅੱਜ ਇਲੈਕਸ਼ਨ ਤੋਂ ਬਾਅਦ ਬੜਾ ਕੁਛ ਵਾਵਰੋਲਾ ਪੰਜਾਬ ਦੇ ਬਹੁਤ ਅਸਰ ਹੋਣਾ, ਬਾਕੀ ਹੋਰ ਸਟੇਟਾਂ ਤੇ ਵੀ ਬਹੁਤ ਹੋਣਾ ਦੇਖ ਲਿਓ। ਬਸ਼ੱਕ ਇਹ 6-7 ਤੋਂ ਪਹਿਲਾਂ ਹਾਰ ਗਏ, ਇਹ BJP ਵਾਲੇ ਕਈ ਹਾਰ ਗਏ, ਤੇ ਔਰ ਨਗਰ ਨਿਗਮ ਦੀਆਂ ਵੀ ਹਾਰ ਗਏ ਉੱਥੇ ਬੰਬੇ ਮਹਾਰਾਸ਼ਟਰ 'ਚ। ਉਹ ਤਾਂ ਹੈ, ਹੁਣ ਝਾਰਖੰਡ 'ਚ ਵੀ ਇਹਨਾਂ ਦਾ ਬੁਰਾ ਹਾਲ ਹੋਇਆ, ਝਾਰਖੰਡ 'ਚ ਬੁਰਾ ਹਾਲ ਹੋਇਆ ਜੀ। ਹਾਂ ਤੇ ਇੱਦਾਂ ਆ ਤੇ ਦੇਖੋ ਹੁਣ ਇਹਨਾਂ ਦਾ, ਹੁਣ ਜਿਹੜੀ ਮੋਦੀ ਲਹਿ ਰਿਹਾ ਜਿਹੜੀ ਉਹ ਨਹੀਂ ਹੁਣ ਇੰਨੀ ਚੱਲਣੀ। ਪਰ ਉਹਨਾਂ ਨੇ ਇੱਕ ਪੈਂਤੜਾ ਹੀ ਵੱਖਰਾ ਅਪਣਾਇਆ ਹੋਇਆ, ਉਹ ਸਿਰਫ ਤੇ ਸਿਰਫ ਹਿੰਦੂ ਵੋਟ ਟਾਰਗੇਟ ਕਰ ਰਹੇ ਨੇ ਉਹਨਾਂ ਨੂੰ। ਹਿੰਦੂ ਵੋਟ ਤੇ ਉਹ ਪਤਾ ਹੈ ਉਹਦੇ ਵਿੱਚ ਹੁਣ ਜਿਹੜਾ ਆ ਇਹ ਜਿਹੜਾ BJP ਨਹੀਂ ਹੈ ਹੁਣ RSS ਆ, ਉਹ ਹੀ ਚਲਾ ਰਹੀ ਆ। ਚਲੋ ਇਹ ਤਾਂ ਜੀ ਚੱਲਦਾ ਰਹਿਣਾ ਰਾਜਨੀਤੀ ਦਾ। ਚਲੋ ਸਾਡਾ, ਤੁਸੀਂ ਕਿਹੜੀ ਜਗ੍ਹਾ ਰਹਿੰਦੇ? ਤੁਸੀਂ ਮੇਰੇ ਖਿਆਲ ਉੱਧਰ ਹੀ ਹੋਈ ਸਕੋਸ ਤਾਂ। ਅਸੀਂ ਤਾਂ ਹੁਣ ਤੁਹਾਡੇ ਦੇਖਾਂਗੇ ਲੈਥਰੋ ਦੇ ਵਿੱਚ ਜਿਹੜਾ ਤੁਹਾਡਾ ਪ੍ਰੋਗਰਾਮ ਦੇਖੂੰਗਾ ਜ਼ਰੂਰ। ਲਾਈਵ ਕਰਾਂਗੇ ਜੀ TV ਤੇ, ਨਾ ਦੇਖਣਾ ਤੁਹਾਡੇ ਸ਼ਾਮਿਲ ਹੋਵਾਂਗੇ ਜੀ। ਵਾਹ ਜੀ ਵਾਹ, ਤੁਸੀਂ ਇੱਥੇ ਰਹਿੰਦੇ ਕੈਲੀਫੋਰਨੀਆ ਦੇ ਚ? ਬਿਲਕੁਲ ਨੇੜੇ ਨੇੜੇ, ਮਜੈਸਟੋ ਦੇ ਨੇੜੇ ਹੀ ਆ। ਬਾ ਠੀਕ ਹੈ ਠੀਕ ਹੈ, ਚਲੋ ਬਹੁਤ। ਹਾਂਜੀ ਜ਼ਰੂਰ, ਮੈਂ ਤੁਹਾਡਾ ਜਿਹੜਾ ਸੈਲਰ ਫੋਨ ਵੀ ਮੈਨੂੰ ਹੈਗਾ, ਮੈਂ ਤੁਹਾਨੂੰ ਐਂਟਰੀ ਕਰਾ ਦੂੰ। ਠੀਕ ਹੈ ਜੀ ਠੀਕ ਹੈ, ਚਲੋ ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ, ਥੈਂਕ ਥੈਂਕ ਯੂ ਵਾਸਤੇ, ਕਾਲ ਕਰਨ ਵਾਸਤੇ ਵੀ ਤੇ ਸਟੂਡੀਓ ਆਉਣ ਵਾਸਤੇ ਵੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਹੈਲੋ 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 ਜੱਗੀ ਸਾਹਿਬ। ਹਾਂਜੀ ਹਾਂਜੀ ਹਾਂਜੀ, ਪੈਟਰ ਮਾਸੀ ਕੀ ਹਾਲ ਚਾਲ? ਗੁਆਂਢੀ ਤੁਹਾਡੇ ਬਣ ਗਏ? ਹਾਂਜੀ ਹਾਂਜੀ ਜ਼ਰੂਰ, ਬੜਾ ਸਵਾਦ ਲੱਗਦਾ, ਬੜੀਆਂ ਸਿਆਣੀਆਂ ਗੱਲਾਂ ਕਰਦਾ ਜਿੱਦਾਂ ਨਾ। ਤੇ ਹੁਣ ਮੈਂ ਤੈਨੂੰ ਵਧਾਈਆਂ ਦਿੰਦੀ ਹਾਂ। ਹਾਂਜੀ ਮਿਹਰਬਾਨੀ, ਤੇ ਜ਼ਰੂਰ ਕੇਜਰੀਵਾਲੀ ਸਰਕਾਰ ਬਣੂਗੀ ਤਾਂ ਮੈਂ ਗੱਠ ਜ਼ਰੂਰ ਨਾ ਬਣੀ। ਜਦ ਤੱਕ ਹੁਣ ਮੇਰਾ ਪ੍ਰੋਗਰਾਮ ਮੁੱਕਣਾ ਤਦ ਤੱਕ ਕਾਫੀ ਰਿਜ਼ਲਟ ਕਲੀਅਰ ਹੋਣੇ। ਤਾਂ ਮੈਂ ਕਿਹਾ ਮਾਸੀ ਜੀ, ਹਾਂਜੀ ਹਾਂਜੀ, ਪਿੰਡਾਂ 'ਚ ਨਹੀਂ ਹੁੰਦੇ ਸੀ ਗੁਆਂਢੀ? ਪਿੰਡਾਂ 'ਚ ਗੁਆਂਢੀ ਹੁੰਦੇ ਸੀ ਪਿੰਡਾਂ 'ਚ, ਹਾਂਜੀ, ਕਦੇ ਦਾਲ ਦੀ ਕੌਲੀ ਲੈ ਲਈ, ਕਦੇ ਹੁਣ ਖੰਡ ਮੁੱਕੀ ਹੈ ਤੇ ਚਲੋ ਗੁਆਂਢੀਆਂ ਤੋਂ ਖਾਲ ਖੰਡ ਦੀ ਕੌਲੀ ਲਿਆਂਦੀ, ਬਾਅਦ 'ਚ ਵਾਪਸ ਕਰਤੀ, ਉਹ ਆਪਾਂ ਰੱਖਣਾ ਹੁਣ ਉਦਾਂ। ਮੈਂ ਵੀ ਜਦੋਂ ਮੈਂ ਕਿਹਾ ਹਾਂਜੀ ਹਾਂਜੀ ਹਾਂਜੀ, ਸਾਗ ਬਣਾਇਆ ਤਾਂ ਮੈਂ ਕਿਹਾ ਕੀਤਾ ਕੀਤਾ ਕੀਤਾ। ਚਲੋ ਹੋਰ ਸੁਣਾਓ। ਠੀਕ ਤੇ ਮੈਂ ਹੁਣ ਹਾਂ, ਤੇ ਮੈਂ ਇੰਡੀਆ ਹੀ ਫੋਨ ਕਰਦੀ ਹਾਂ ਰੋਜ਼, 4-4 ਵਾਰੀ ਕਰਦੀ ਹਾਂ ਇੰਡੀਆ ਦੀ ਸਾਰੀ। ਅੱਛਾ ਠੀਕ ਹੈ ਹਾਂ। ਤੇ ਫੇਰ ਹੁਣ ਜਿਹੜਾ ਸਾਡਾ ਰਮਦਾਸ ਭਾਸ ਸੀ ਵਿਚਾਰਾ, ਜੁੱਤੀਆਂ ਗੰਢ ਕੇ ਦਿਲਾਂ ਗੁਜ਼ਾਰਾ ਕਰਦਾ ਸੀ ਨਾ, ਉਹਦੇ ਵਧਾਈਆਂ ਤੁਹਾਨੂੰ। ਤੇ ਫੇਰ ਪਹੁੰਚੇ ਹੋਏ ਲੋਕ ਜਿਹੜੇ ਹੈਗੇ ਨੇ, ਕੱਲ ਉਹਨਾਂ ਦਾ ਸੀਗਾ ਜੀ ਲੁਧਿਆਣਾ, ਉਹ ਤਾਂ ਵੱਖਰਾ। ਹਾਂਜੀ ਹਾਂਜੀ ਹਾਂਜੀ, ਉਹ ਵੀ ਸੁਣਿਆ ਸੀ, ਸਾਰਾ ਸੁਣਿਆ ਸੀ। ਤੇ ਹੁਣ ਉਹਨਾਂ ਦਾ ਰੇੜੂਆ ਵੀ ਦੱਸ ਦੂਗਾ ਵੀ ਸਾਡੇ ਕੇਜਰੀਵਾਲ ਦੀ ਜਿੱਤ ਹੋ ਗਈ, ਤੇ ਉਹਦੇ ਨਾਲ ਤਾਂ ਕੁੜੀਆਂ ਤੇ ਮੁੰਡੇ ਛੋਟੇ ਛੋਟੇ ਵੀ ਹੈਗੀ ਵੀ ਕੇਜਰੀਵਾਲ ਦੀ ਜਿੱਤ ਹੋ ਗਈ, ਕਿਹੜਾ ਭਗਵੰਤ ਮਾਨ ਦੀ ਬੱਲੇ 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 ਹੈ ਨਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਬਸ ਥੋੜ੍ਹੀ ਦੇਰ ਤੱਕ ਕਲੀਅਰ ਹੋਏ। ਚਲੋ ਬਾਕੀ ਮਿਹਨਤ ਉਹਨਾਂ ਨੇ ਬਹੁਤ ਕੀਤੀ ਆ, ਕੰਮ ਬੜੇ ਕੀਤੇ ਨੇ, ਬਾਕੀ ਫਿਰ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਜੀ ਹਾਂ ਜੀ, ਉਹਨਾਂ ਨੇ ਨਾ ਰੁੱਸੇ ਬਣਾ ਲਏ, ਰੁੱਸੇ ਬਣਾ ਲਏ ਸਾਰੇ। ਹਾਂਜੀ ਹਾਂ, ਜਿਹੜੇ ਰੁੱਸੇ ਸੀ ਹਾਂਜੀ ਸੰਜੇ ਸਿੰਘ ਨੇ ਵੀ ਕਰਤਾ, ਸਾਰਾ ਨੇ ਕਰਤੀ। ਤੇ ਇਹ ਅੱਗੇ ਕੁੜੀਆਂ ਨੂੰ ਬਾਹਰ ਨਹੀਂ ਸੀ ਨਿਕਲ ਦਿੰਦੇ ਵੋਟਾਂ ਪਾਉਣ, ਉਹ ਕਹਿੰਦੇ ਭਾਈ ਨਿਕਲੋ ਕੁੜੀਓ ਬਾਹਰ ਵੋਟਾਂ ਪਾਓ। ਬਿਲਕੁਲ ਬਿਲਕੁਲ ਜੀ ਬਿਲਕੁਲ, ਚਲੋ ਠੀਕ ਹੈ। ਤੇ ਚੰਗਾ ਬੇਟਾ, ਬਹੁਤ ਬਹੁਤ ਪਿਆਰ ਹੋ ਕੇ, ਬਾਏ, ਥੈਂਕ ਯੂ ਜੱਗੀ ਸਾਹਿਬ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਗੱਲਾਂ ਬਾਤਾਂ ਸਿਲਸਿਲਾ ਜਿਹੜਾ ਉਹ ਚੱਲ ਰਿਹਾ, ਆਪਣੇ ਦਿਲ ਦੀ ਗੱਲ ਕੋਈ ਤੁਸੀਂ ਕਰਨੀ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰਕੇ ਨੰਬਰ ਸਕਰੀਨ 'ਤੇ ਆ ਰਿਹਾ, ਉੱਥੇ ਕਾਲ ਕਰ ਸਕਦੇ ਹੋ। ਅਤੇ ਇੱਕ ਵਾਰ ਫਿਰ ਕੈਲੀਫੋਰਨੀਆ ਗੱਲ ਕਰੀਏ, ਅਤੇ ਕੱਲ੍ਹ ਫਿਰ ਫਰਿੰਜੋ ਵਾਲ ਗੇੜਾ ਸਾਡਾ ਹੈਗਾ, ਉੱਥੇ ਜਿਹੜੇ ਦੋਸਤ ਮਿੱਤਰ ਭੈਣ ਭਰਾ ਹੈਗੇ ਨੇ ਉਹਨਾਂ ਨੇ ਦਰਸ਼ਨ ਮਿਲੇ, ਉੱਥੇ ਕਰਾਂਗੇ। ਕੱਲ੍ਹ ਸ਼ਾਮ ਦਾ ਪ੍ਰੋਗਰਾਮ ਵੀ ਮੇਰੇ ਖਿਆਲ ਸ਼ਾਇਦ ਫਰਿੰਜੋ 'ਤੇ ਕਰੀਏ, ਪਰ ਮੈਂ ਇਹ ਫੋਨ ਜਿਹੜਾ ਇਹਨੂੰ ਨਾਲ ਮੈਂ ਲੈ ਜਾਣਾ, ਉੱਥੇ ਫੋਨ ਕਰਕੇ ਗੱਲਬਾਤ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਵੀ ਫੋਨ 'ਤੇ ਵੀ ਗੱਲਾਂ ਬਾਤਾਂ ਕਰੀਏ। ਅਤੇ ਨਾਲ ਦੀ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਇਲੈਕਸ਼ਨਾਂ ਦੀ, ਕੋਈ ਹੋਰ ਅਪਡੇਟ ਤੁਹਾਡੇ ਕੋਲ ਹੋਵੇ ਤਾਂ ਜ਼ਰੂਰ ਦੱਸਿਓ। ਕਈ ਵਾਰੀ ਸਾਨੂੰ ਇੱਦਾਂ ਜਿਹੜਾ ਅਸੀਂ ਵੈਸੇ ਦੇਖ ਕੇ TV 'ਤੇ ਜਾਂ ਗੂਗਲ 'ਤੇ ਦੇਖ ਕੇ ਦੱਸਦੇ ਹਾਂ, ਉਹ ਕਈ ਵਾਰੀ ਉਨੀ ਸਹੀ ਅਪਡੇਟ ਨਹੀਂ ਹੁੰਦੀ ਜਿਹੜੀ ਸਾਨੂੰ ਲੋਕਲ ਬੰਦਾ ਬੈਠਾ ਦੱਸ ਸਕਦਾ। ਵੈਸੇ ਤਾਂ ਬਹੁਤ ਸਾਰੇ ਲੋਕ ਇੰਡੀਆ ਬੈਠੇ ਕਹਿੰਦੇ ਨੇ ਯਾਰ ਸਾਨੂੰ ਤਾਂ ਤੁਹਾਡੇ ਕੋਲੋਂ ਪਤਾ ਲੱਗੀ ਆ ਗੱਲ, ਇੰਡੀਆ ਦੀ ਖਬਰ ਜਿਹੜੀ ਇੱਥੇ ਪਹਿਲਾਂ ਪਹੁੰਚ ਜਾਂਦੀ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਐਸੀਆਂ ਨੇ ਜਦੋਂ ਇੰਡੀਆ ਫੋਨ ਕਰਕੇ ਪੁੱਛਦੇ ਭਾਈ ਆਹ ਕੀ ਹੋਇਆ, ਕਹਿੰਦੇ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਸੀ।
ਹੁਣ ਇਹ ਵੀ ਪਤਾ ਲੱਗੇ ਵੀ ਸਰਕਾਰ ਜੇ ਬਣ ਗਈ ਜਿਹਦੀ ਬਣੀ ਕੇਜਰੀਵਾਲ ਦੀ ਬਣੀ ਤਾਂ ਆਪਾਂ ਪਹਿਲਾਂ ਪਤਾ ਲੱਗ ਜਾਵੇ ਅਤੇ ਇੰਡੀਆ ਬਾਅਦ 'ਚ ਲੱਗੇ। ਚਲੋ ਖੈਰ ਇਹ ਸਭ ਸ਼ੁਗਲ ਦੀਆਂ ਗੱਲਾਂ, ਬਾਕੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਅਤੇ ਇੱਕ ਵਾਰ ਫਿਰ ਅਪਡੇਟ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਫਿਰ 52 ਸੀਟਾਂ 'ਤੇ ਅੱਗੇ ਹੋ ਗਈ ਹੈ ਅਤੇ BJP 18 'ਤੇ ਅੱਗੇ ਹੈ। ਜਾਣੀ ਕਿ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਵਿਚਾਰਿਆਂ ਕੋਲ ਹਜੇ 0, ਜਾਣੀ ਕਿ ਗੋਲ ਆਂਡਾ ਹੀ ਹੈ। ਹੁਣ ਉਹਦਾ ਤੜਕਾ ਲਾਉਣਗੇ, ਉਹਦਾ ਭੜਥਾ ਬਣਾਉਣਗੇ ਕਿ ਉਹਦਾ ਕੀ ਕਰਦੇ ਹੋ, ਬਾਅਦ 'ਚ ਪਤਾ ਲੱਗੂਗਾ। ਅਸਲ ਦੇ ਵਿੱਚ ਸੰਭਾਵਨਾ ਹੈਗੀ ਇੱਕ ਅੱਧੀ ਸੀਟ ਦੀ, ਦੇਖੋ ਆਉਂਦੀ ਕਿ ਨਹੀਂ ਆਉਂਦੀ। ਕਾਲਾਂ ਲੈਣੇ ਤੁਹਾਡੀਆਂ ਜੀ। ਹੈਲੋ ਹੈਲੋ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਮੇਰੇ ਸਵਾਗਤ ਲਈ ਧੰਨਵਾਦ। ਜੱਗੀ ਜੀ ਦੀ ਲਾਲ ਪੱਗ ਤੇ ਨਾਲ ਜਿਹੜੀ ਥੱਲੇ ਲਾਲ ਜਿਹੜੀ ਜਲਵੇ ਤੇ ਐਡ ਕਰ ਰਹੀ ਹੈ ਜੀ, ਮਿਹਰਬਾਨੀ। ਜਿਹੜਾ ਮੈਂ ਨਹੀਂ ਮਿਹਰਬਾਨੀ ਨਹੀਂ ਤੇ ਮੈਂ ਪਾਰਟਿਸਪੈਂਟ ਹੋ ਰਿਹਾ ਕਿ ਜਿਹੜਾ ਮੈਂ ਲੇਟੈਸਟ ਰਿਜ਼ਲਟ ਇਹ ਕਹਿ ਰਿਹਾ, ਤੁਸੀਂ ਕਿਹਾ ਨਾ ਜੀ, ਆਮ ਆਦਮੀ ਪਾਰਟੀ ਜਿਹੜੀ ਹੈਗਾ NDTV ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੇ 50 ਸੀਟਾਂ ਨੂੰ ਡਿਕਲੇਅਰ ਕਰ ਦਿੱਤਾ ਤੇ ਕਾਂਗਰਸ ਨੂੰ 0। ਨਹੀਂ ਉਹ ਤਾਂ ਜਿਹੜਾ ਇਹਨਾਂ ਦਾ ਸਰਵੇ ਹੁੰਦਾ ਨਾ ਜੀ, ਐਗਜ਼ਿਟ ਕਹਿ ਦਿੰਦੇ ਆ। ਨਹੀਂ ਸਰਵੇ ਨਹੀਂ ਹੈਗਾ, ਇਹ ਜਿਹੜਾ ਮੈਂ ਰਿਜ਼ਲਟ ਨਹੀਂ ਹਜੇ ਆਏ ਸਰ ਤੇ ਹਜੇ ਨਹੀਂ। ਮੈਂ ਜਿਹੜਾ ਉਹ ਅੱਗੇ ਜਾ ਰਹੇ ਨੇ 52 ਸੀਟਾਂ ਤੇ ਜਾ ਰਹੇ ਨੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ ਚਲੋ, ਮੈਂ ਜੋ ਪੜ੍ਹ ਰਿਹਾ ਤੇ ਬਸ ਤੇ ਕਹਿ ਰਿਹਾ ਜੱਗੀ ਜੀ ਦੇ ਜਲਵੇ ਜਿੰਦਾਬਾਦ। ਚਲੋ ਮਿਹਰਬਾਨੀ, ਥੈਂਕ ਯੂ, ਮਿਹਰਬਾਨੀ। ਨਹੀਂ ਨਹੀਂ ਇੱਕ ਹੋਰ ਮੈਨੂੰ ਉਹਨਾਂ ਨਾਲ ਹੋਰ ਵੀ ਦੱਸ ਦਿਆ ਸੀ, ਮਾੜਾ ਜਿਹਾ ਹੋਰ ਰੱਖਿਓ, ਮਾੜਾ ਜਿਹਾ ਹੋਰ ਰੱਖਿਓ, ਮੈਂ ਕਾਲ ਹੋਲਡ ਕਰ ਲਵਾਂ। ਇੱਕ ਦੋ ਕਾਲਾਂ ਹੈਗੀਆਂ ਨੇ। ਹੈਲੋ ਹੈਲੋ ਹਾਂਜੀ ਸਰ, ਮੇਰੀ ਵਾਰੀ, ਤੁਸੀਂ ਮੈਨੂੰ ਦੁਬਾਰਾ ਹੀ ਲੈ ਲਿਆ ਸਰ ਜੀ। ਚਲੋ ਜੀ, ਬਹੁਤ ਕੋਈ ਨਹੀਂ ਜੀ, ਥੋੜ੍ਹਾ ਜਿਹਾ ਕੋਈ ਨਹੀਂ, ਨਾ 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 ਕੋਈ ਗੱਲ ਨਹੀਂ। ਉਹ ਇੰਡੀਆ ਤੇ ਉਹਦੇ ਚ ਨਿਊਜ਼ੀਲੈਂਡ ਦਾ ਵੀ ਮੈਚ ਹੋ ਰਿਹਾ, ਉਹ ਵੀ 168 ਦੇ ਚਾਰ ਆਊਟ ਹੋ ਗਏ ਇੰਡੀਆ ਦੇ। ਹਾਂ ਬਸ 171 ਤੇ 4 ਆਊਟ ਹੋ ਗਏ ਨੇ। ਜੱਗੀ ਦੇ ਜਲਵੇ ਜਿੰਦਾਬਾਦ ਤੇ ਬਸ। ਪਰ ਇੰਨਾ ਅਸੀਂ ਮੈਂ ਵੀ ਕਹਿ ਸਕਦਾ ਹਾਂ ਜੀ ਕਿ ਕੇਜਰੀਵਾਲ ਉਹਦੇ ਚ ਸਰਕਾਰ ਬਣਾਉਣ ਜਾ ਰਿਹਾ ਜੀ। ਹਾਂ ਤੇ ਮੋਦੀ ਜੀ ਜਿੰਦਾਬਾਦ, ਮੈਂ ਇਹ ਵੀ ਫਿਰ ਕਵਾਂਗਾ। ਤੇ ਸਾਡੇ ਟਰੰਪ ਸਾਹਿਬ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਉਹ ਇੰਡੀਆ ਨੂੰ ਵਿਜ਼ਿਟ ਕਰਨ ਜਾ ਰਹੇ ਨੇ। ਚਲੋ ਜੀ, ਚੰਗੀ ਗੱਲ ਹੈ ਜੀ, ਚੰਗੀ ਗੱਲ ਨਹੀਂ ਹੈ ਬਸ। ਓਕੇ ਜੀ, ਚੰਗੀ ਗੱਲ ਹੈ ਜੀ, ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ, ਵਾਹਿਗੁਰੂ ਫਤਿਹ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਜੀ, ਹੁਣ ਧਿਆਨ ਫੋਨ ਵੱਲ ਹੈ ਨਹੀਂ ਸੀ ਤੁਹਾਡਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਾਹਿਬ ਮਨਜੀਤ ਸਿੰਘ ਜੀ, ਆ ਜਾਓ ਸਟੂਡੀਓ ਦੀ ਤੁਹਾਡਾ ਤੇ ਤੁਸੀਂ ਕਿੰਨੀ ਕੁ ਦੂਰ ਹੈ ਇੱਥੋਂ? ਹਾਂ ਜੀ, ਕੋਈ ਗੱਲ ਨਹੀਂ, ਜਦੋਂ ਗੱਲ ਦੱਸੋ ਕਰਾਉਣਾ ਤੁਹਾਡਾ ਤਾਂ ਉਹ ਕਾ ਕਰ 6 ਮਾਰਚ 6 ਮਾਰਚ 6 ਮਾਰਚ ਇਹ ਮਾਰਚ ਨੂੰ ਬਾਹਰ ਹੋਣਾ। ਚਲੋ ਕੋਈ ਨੀ, ਬਸ ਤੁਹਾਡਾ ਸ਼ੁਭਕਾਮਨਾਵਾਂ, ਤੁਹਾਡਾ ਆਸ਼ੀਰਵਾਦ ਜਿਹੜਾ ਉਹ ਚਲੋ ਜ਼ਰੂਰ ਤੁਸੀਂ ਆਪਣਾ। ਹਾਂਜੀ, ਮੈਂ ਤੁਹਾਨੂੰ ਜੱਗੀ ਸਾਹਿਬ ਕਹਿਣਾ ਚਾਹੁੰਦਾ, ਜੇ ਆਪਣੀ ਹੁਣ ਆਮ ਆਦਮੀ ਪਾਰਟੀ ਚੰਗੇ ਆਪਣੇ ਸੀਟਾਂ ਦੇ ਜੱਸੀ ਅਦਲੀ ਦੇ ਦੁਆਰਾ ਆਪਣੇ ਪੰਜਾਬ ਵਾਲੇ ਬੰਦੇ ਨੂੰ ਅਕਲ ਆਉਣੀ ਚਾਹੀਦੀ ਆ ਜੀ। ਗੱਲ ਤਾਂ ਹੋਈ ਸੀ ਵੀ ਤੁਸੀਂ ਭਾਈ ਫਿਰ ਵੀ ਜੇ ਜਿੱਤੀ ਜਾਂਦੇ ਤਾਂ ਉਦੋਂ ਬਾਅਦ ਹਿਸਾਬ ਨਾਲ ਹੀ ਚੱਲਣਾ ਪਏਗਾ, ਜੇ ਓਵਰ ਕੌਨਫੀਡੈਂਸ 'ਚ ਫਿਰ ਆ ਗਏ ਤਾਂ ਫਿਰ ਕੰਮ ਖਰਾਬ ਹੈ। ਹਾਂਜੀ, ਸਾਰਿਆਂ ਨੂੰ ਇੱਦਾਂ ਹੁੰਦਾ ਨਾ, ਉਹ ਆਪਣੇ ਪੰਜਾਬ ਤਾਂ ਸ਼ੁਰੂ ਤੋਂ ਜੀ ਨੈਲੇ ਤੇ ਦਿਲ ਆ ਗਿਆ, ਉਹ ਚਾਹੇ ਉਹ ਬਾਦਲ ਆ ਗਿਆ, ਕੈਪਟਨ ਆ ਗਿਆ, ਇਹੀ ਚੱਲੀ ਜਾਂਦੀਆਂ ਗੇਮਾਂ ਸ਼ੁਰੂ ਤੋਂ ਜੀ ਜੀ ਜੀ। ਹੈਂ, ਥਰਡ ਫਰੰਟ ਨੂੰ ਤਾਂ ਕਿਸੇ ਨੂੰ ਆਉਣਾ ਹੀ ਦਿੱਤਾ ਤੇ ਜੇ ਆਪਣੇ ਹੁਣ ਥੋੜੇ ਜਿਹਾ ਆਪਣੇ ਉਹ ਸੋਝੀ ਵਾਲੇ ਬੰਦੇ ਹੋਣ, ਥਰਡ ਫਰੰਟ ਨੂੰ ਥੋੜੇ ਜਿਹਾ ਕੋਈ ਟਾਈਮ ਦੇਣ, ਸਾਰਾ ਕੁਛ ਕਰ ਕਰਾ ਕੇ ਕੋਈ ਨਾ ਕੋਈ ਲੱਗਦਾ ਵੀ 2022 ਚ ਕੁਛ ਵੱਖਰਾ ਹੋਣ ਦੀ ਸੰਭਾਵਨਾ ਹੈਗੀ, ਬਾਕੀ ਦੇਖੋ। ਹਾਂਜੀ, ਜੇ ਹੋਈ ਹੋਏ ਤਾਂ ਚੰਗੀ ਗੱਲ ਹੈ, ਪੰਜਾਬ ਨੇ ਵੀ ਚੰਗਾ ਆਪਣੀ ਜਾਂ ਕੋਈ ਤਰੱਕੀ ਹੋਊਗੀ, ਨਹੀਂ ਤਾਂ ਉੱਥੇ ਚੱਲੀ ਜਾਂਦਾ ਕੰਮ ਜਾਂਦੇ ਹੁਣ ਆਪਣਾ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ।
ਹਾਂਜੀ ਸਤਿ ਸ਼੍ਰੀ ਮੈਂ ਅਕਾਲ। ਪਹਿਲਾਂ ਹੈਲੋ ਹੈਲੋ ਕੀਤੀ, ਫਿਰ ਤੁਹਾਡਾ ਮੇਰੇ ਖਿਆਲ ਤੋਂ ਆਸੇ ਪਾਸੇ ਮਾੜਾ ਧਿਆਨ ਹੋ ਗਿਆ। ਹਾਂ ਕੁਛ ਮਨ ਉਦਾਸ ਆ ਫਰਾਈਡੇ ਤੋਂ। ਕੀ ਗੱਲ ਜੀ? ਕਿਉਂਕਿ ਮੇਰੇ ਪਿੱਛੇ ਇੰਡੀਆ ਦੇ ਵਿੱਚ ਛੋਟੇ ਭਣੋਈਏ ਸਰਦਾਰ ਖੇਮ ਸਿੰਘ ਦੀ ਡੈਥ ਹੋ ਗਈ ਉਹਨਾਂ ਦੀ, ਤੇ ਸਰੀਰ ਬੜਾ। ਹਾਂਜੀ ਬਿਮਾਰ ਸੀਗੇ ਜੀ? ਨਹੀਂ ਨਹੀਂ ਕੁਛ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਏਜ ਕਿੰਨੀ ਸੀ? ਏਜ 72 ਸਾਲ ਦੀ ਸੀ। ਸਵੇਰ ਨੂੰ ਉੱਠ ਕੇ ਚਾਹ ਪੀਤੀ, ਕਹਿੰਦਾ ਮੈਂ ਥੋੜਾ ਚਿਰ ਸੌਣਾ, ਉਸ ਤੋਂ ਬਾਅਦ ਔਖੇ ਸਾਹ ਭਰਨ ਲੱਗ ਗਏ। ਉਹਨਾਂ ਦੇ ਮੁੰਡਿਆਂ ਨੇ ਮੂੰਹ ਨਾਲ ਵੀ ਸਾਹ ਦਿੱਤਾ ਤੇ ਪਿੱਠ ਵੀ ਮਲੀ, ਪਰ ਨਹੀਂ ਚੁੱਕ ਕੇ ਫਿਰ ਹੌਸਪੀਟਲ ਲੈ ਗਏ। ਉਹ ਫਰੀਦਾਬਾਦ ਰਹਿੰਦੇ ਸੀ ਹਰਿਆਣਾ ਦੇ ਵਿੱਚ, ਕਿਉਂਕਿ ਦਿੱਲੀ ਮਨਜ਼ੂਰ ਹੈ। ਹਾਂਜੀ ਦਿੱਲੀ ਉਹਨਾਂ ਦੀ ਫੈਕਟਰੀ ਸੀ, ਕਿਉਂਕਿ ਉਹਨਾਂ ਦਾ ਕੰਮ ਬੜਾ ਤਕੜਾ ਸੀ, 100 ਬੰਦਾ ਕੰਮ ਕਰਦਾ ਫੈਕਟਰੀ, ਛੋਟਾ ਮੁੰਡਾ ਨਾਲ ਆ, ਤੇ ਉਹ ਰੈਫਰੀਜਰੇਟਰ ਤੇ ਏਅਰ ਕੰਡੀਸ਼ਨ ਬਣਾਉਂਦੇ ਜੀ। ਬਹੁਤ ਮਾੜੀ ਗੱਲ ਹੋਈ ਜੀ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਪਰਮਾਤਮਾ ਉਹਨਾਂ ਦਾ ਪਿੰਡ ਸੀਗਾ ਸਾਨੀਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। ਜੀ ਠੀਕ ਹੈ ਜੀ, ਠੀਕ, ਉੱਥੋਂ ਸੀ। ਬਸ ਇਸ ਕਰਕੇ ਮਨ ਦੁਖੀ ਸੀ, ਪਰ ਰਿਜ਼ਲਟ ਆ ਰਹੇ ਨੇ ਜੀ ਆਮ ਆਦਮੀ ਪਾਰਟੀ ਦੇ, ਤੇ ਮੈਂ ਤੁਹਾਨੂੰ ਮੁਬਾਰਕਾਂ ਦੇਣੀਆਂ ਚਾਹੁੰਦਾ ਜੀ, ਭਗਵੰਤ ਸਾਹਿਬ ਨੂੰ ਵੀ, ਭਗਵੰਤ ਮਾਨ ਉਹਨਾਂ ਨੂੰ ਵੀ ਜੀ, ਤੇ ਇਸ ਦਾ ਅਸਰ ਆਪਣੇ ਪੰਜਾਬ ਤੇ ਲਾਜ਼ਮੀ ਪੈਣਾ ਜੀ, ਜ਼ਰੂਰ ਪਏਗਾ। ਬਹੁਤ ਮਿਹਰਬਾਨੀ ਜੀ ਧੀਰ ਸਾਹਿਬ, ਬੜੀ ਮਿਹਰਬਾਨੀ ਕਾਲ ਕਰਨ ਵਾਸਤੇ। ਟੇਕ ਕੇਅਰ, ਧਿਆਨ ਰੱਖੋ ਜੀ ਆਪਣਾ, ਧਿਆਨ ਰੱਖੋ। ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸਟ ਪੰਜਾਬੀ। ਬ੍ਰੇਕ ਤੋਂ ਬਾਅਦ ਬਿਲਕੁਲ ਥੋੜ੍ਹਾ ਸਮਾਂ, ਕਾਲਾਂ ਹੋਰ ਨਹੀਂ ਲੈ ਹੋਣੀਆਂ, ਅਤੇ ਅਪਡੇਟ ਮੈਂ ਜ਼ਰੂਰ ਇੱਕ ਵਾਰੀ ਦੇ ਦਊਂਗੀ। ਉੱਥੇ ਸੂਈ ਖੜੀ ਹੈ 52 ਤੇ ਆਮ ਆਦਮੀ ਪਾਰਟੀ, ਅਤੇ 18 ਦੇ ਉੱਪਰ ਜਿਹੜੀ ਹੈਗੀ ਆ BJP ਖੜੀ ਹੈ। ਬਾਕੀ ਹੁਣ ਖੜੀ ਰਹਿੰਦੀ ਕਿ ਨਹੀਂ ਰਹਿੰਦੀ, ਥੋੜ੍ਹੀ ਬਹੁਤ ਹੋਰ ਡਾਵਾਡੋਲੇ ਹੁੰਦੇ ਆ ਜਾਂ ਕੀ ਹੁੰਦਾ, ਉਹ ਹਜੇ ਥੋੜ੍ਹੀ ਦੇਰ ਤੱਕ ਪਤਾ ਲੱਗ ਜੂਗਾ। ਪਰ ਰੁਝਾਨ ਨੇ ਇਹ, ਰਿਜ਼ਲਟ ਹਜੇ ਕੋਈ ਨਹੀਂ ਆਇਆ। ਜਿਵੇਂ ਸਾਡੇ ਕਾਲਰ ਕਹਿ ਰਹੇ ਸੀਗੇ 50 ਸੀਟਾਂ ਉਹਨਾਂ ਨੂੰ ਦਿੱਤੀਆਂ, ਐਂ ਨਹੀਂ ਉਹਨਾਂ ਪੱਲਿਓਂ ਦੇਤੀਆਂ, ਹੁਣ ਤਾਂ ਵੱਖਰੀ ਗੱਲ ਹੈ। ਪਰ ਹਜੇ ਰਿਜ਼ਲਟ ਕੋਈ ਨਹੀਂ ਆਇਆ, ਹਜੇ ਰੁਝਾਨ ਟਰੈਂਡ ਜਿਹਨੂੰ ਅਸੀਂ ਕਹਿੰਦੇ ਉਹ ਹੈ ਕਿ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ। ਤਾਂ ਅਖੀਰ ਦੇ ਵਿੱਚ ਇੱਕ ਵਾਰ ਫਿਰ ਮੈਂ ਬੇਨਤੀ ਜ਼ਰੂਰ ਕਰ ਦੇਵਾਂ ਸਾਡੇ ਸਟੂਡੀਓ ਦੀ ਓਪਨਿੰਗ ਦੀ, ਗ੍ਰੈਂਡ ਓਪਨਿੰਗ, ਅਤੇ ਨਾਲ ਦੀ ਨਾਲ ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ 13ਵੀਂ ਐਨੀਵਰਸਰੀ ਹੈ ਜਸ ਪੰਜਾਬੀ ਦੀ। ਜਸ ਪੰਜਾਬੀ 13 ਸਾਲ ਪਹਿਲਾਂ ਸ਼ੁਰੂ ਹੋਇਆ ਸੀ, 1 ਮਾਰਚ ਨੂੰ ਉਹ ਹੁੰਦੀ ਹੈ। ਸੋ ਫਿਰ ਅਸੀਂ ਇਕੱਠਾ ਇਹ ਪ੍ਰੋਗਰਾਮ ਜਿਹੜਾ ਸੈਲੀਬ੍ਰੇਟ ਇੱਥੇ ਕਰਨਾ ਲੈਥਰੋਪ ਦੇ ਵਿੱਚ, ਸਟੋਕਟਨ ਦੇ ਬਿਲਕੁਲ ਨਾਲ ਸ਼ਹਿਰ। ਕਈਆਂ ਨੂੰ ਨਹੀਂ ਪਤਾ ਹੋਏਗਾ, ਦੂਰ ਨੇੜੇ ਵਾਲਿਆਂ ਨੂੰ, ਸਟੋਕਟਨ ਦੇ ਬਿਲਕੁਲ ਨਾਲ ਪੈਂਦਾ ਨਵਾਂ ਜਿਹਾ ਕਸਬਾ ਹੈਗਾ। ਅਤੇ ਇਹ 6 ਮਾਰਚ ਦਾ ਅਸੀਂ ਰੱਖਿਆ। ਤੁਹਾਡਾ ਆਸ਼ੀਰਵਾਦ ਮੈਂ ਜ਼ਰੂਰ ਚਾਹੁੰਦਾ, ਜ਼ਰੂਰੀ ਨਹੀਂ ਕਿ ਹੈਲਪ ਪੈਸਿਆਂ ਨਾਲ ਹੀ ਹੁੰਦੀ ਹੈ, ਇੱਕ ਸ਼ੁਭ ਕਾਮਨਾ ਉਹ ਵੀ ਹੈਲਪ ਹੁੰਦੀ ਹੈ। ਤੁਸੀਂ ਇੱਥੇ ਆ ਕੇ ਆਪ ਆ ਗਏ ਸਾਡੇ ਵਿਜਿਟ ਕਰਕੇ, ਉਹ ਵੀ ਹੈਲਪ ਹੁੰਦੀ ਹੈ। ਤੁਸੀਂ ਕੋਈ ਐਡ ਦੇ ਦਿੱਤੀ, ਉਹ ਵੀ ਹੈਲਪ ਹੁੰਦੀ। ਸਾਰੀ ਹੈਲਪ ਇਕੱਲੀ ਇਹ ਨਹੀਂ ਕਿ ਤੁਸੀਂ ਚੈੱਕ ਦਿੱਤਾ 5000 ਦਾ 2000 ਦਾ ਤਾਂ ਉਹੀ ਹੈਲਪ ਹੈ। ਸੋ ਤੁਹਾਡੀਆਂ ਸ਼ੁਭ ਕਾਮਨਾਵਾਂ ਅਤੇ ਤੁਹਾਡੀ ਹੈਲਪ ਜਿਹੜੀ ਹੈ, ਤੁਹਾਡਾ ਸਹਿਯੋਗ ਜਿਹੜਾ ਉਹ ਸਾਨੂੰ ਚਾਹੀਦਾ। ਫੋਨ ਨੰਬਰ ਨੋਟ ਕਰ ਲਓ ਮੇਰਾ, 209-450-3312, 209-450-3362, ਜਾਂ ਫਿਰ ਅਸ਼ਮਤਾ ਜੀ ਦਾ ਨੰਬਰ ਹੈਗਾ 646-246-7770, 646-246-7770। ਤੁਸੀਂ ਇਹਨਾਂ ਨੰਬਰਾਂ 'ਤੇ ਟੈਕਸਟ ਕਰਕੇ ਜਾਂ ਕਾਲ ਕਰਕੇ ਦੱਸ ਸਕਦੇ ਹੋ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦੇ ਹੋ, ਜਾਂ ਫਿਰ ਆਪਣਾ ਨਾਮ ਅਤੇ ਸ਼ਹਿਰ ਲਿਖ ਕੇ ਜ਼ਰੂਰ ਟੈਕਸਟ ਮੈਸੇਜ ਕਰ ਦਿਓ। ਈਮੇਲ ਵੀ ਨੋਟ ਕਰ ਲਓ, ਲੱਗਦਾ ਤਾਂ ਫੋਨ ਤਾਂ ਲਿਖਾ ਤੇ jaggi@jasbroadcasting.com, ਜਾਂ ਫਿਰ info@jasbroadcasting.com 'ਤੇ ਈਮੇਲ ਕਰਕੇ ਵੀ ਤੁਸੀਂ ਆਪਣਾ ਕੋਈ ਸੰਪਰਕ ਸਾਧ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।